ਪਹਿਲਾਂ ਮੈਨੂੰ ਇਹ ਦੱਸੋ ਕਿ ਯੈਸ ਇਮੀਗ੍ਰੇਸ਼ਨ ਜਿਹੜੀ ਹੈ ਉਹਨੂੰ ਕਿੰਨਾ ਕੁ ਟਾਈਮ ਹੋ ਗਿਆ ਹੈ ਕੰਮ ਕਰਦੇ ਹੋਏ ਔਰ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਤੁਹਾਡਾ? ਯੈਸ ਇਮੀਗ੍ਰੇਸ਼ਨ ਨੂੰ ਅਗਰ ਗੱਲ ਕਰਾਂ ਤਾਂ ਟੋਟਲ ਅੱਜ 18 ਈਅਰਸ ਪਲੱਸ ਹੋ ਚੁੱਕੇ ਨੇ ਔਰ ਬਹੁਤ ਅੱਛੀ ਐਂਡ ਇੱਕ ਵਾਈਟ ਕਾਲਰ ਜੋਬ ਆਪਾਂ ਕੀਤੀ ਹੈਗੀ ਆਪਣੀ ਇਮੀਗ੍ਰੇਸ਼ਨ ਨੂੰ ਹਮੇਸ਼ਾ ਉੱਚਾ ਨਾਮ ਹਮੇਸ਼ਾ ਉੱਚਾ ਲੈ ਕੇ ਜਾਣ ਦਾ ਸੁਪਨਾ ਦੇਖਿਆ ਆ ਔਰ ਇੱਕ ਦਿਨ ਉਹ ਪੂਰਾ ਵੀ ਹੋ ਰਿਹਾ ਹੈਗਾ। ਔਰ ਸਰ ਜਿਹੜੀਆਂ ਜਿੱਦਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਰੂਮਰਸ ਨੇ, ਅਫਵਾਹਾਂ ਨੇ ਕਿ ਮਤਲਬ ਬਹੁਤ ਵਾਰੀ ਕਹਿ ਦਿੱਤਾ ਜਾਂਦਾ ਕਿ ਉਹ ਪਰਦਾ ਬਹੁਤ ਰੱਖਦੇ ਆ, ਹਨਾ, ਸੱਚ ਨਹੀਂ ਦੱਸਦੇ, ਹਨਾ, ਕਿ ਫੇਕ ਵੀ ਕੰਸਲਟੈਂਸੀਜ਼ ਜਿਹੜੀਆਂ ਉਹ ਬਹੁਤ ਹੁੰਦੀਆਂ ਨੇ, ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ? ਮੈਂ ਨਾਮ ਨਹੀਂ ਲਊਂਗਾ, ਬਹੁਤ ਸਾਰੇ ਏਜੰਟਸ ਵੀ ਨੇ ਜਿਹਨਾਂ ਨੂੰ ਖੁਦ ਨੌਲੇਜ ਵੀ ਨਹੀਂ ਹੈਗੀ ਔਰ ਉਹ ਇਸ ਬਾਰੇ ਕਲਾਇੰਟਸ ਨੂੰ ਵੀ ਪੂਰਾ ਕੌਂਸਲ ਨਹੀਂ ਕਰ ਪਾਉਂਦੇ ਹੈਗੇ ਕਿ ਕੀ ਚੀਜ਼ ਹੈਗੀ ਹੈ ਇਮੀਗ੍ਰੇਸ਼ਨ, ਇਮੀਗ੍ਰੈਂਟ ਕੀ ਹੈਗਾ ਆ, ਔਰ ਉਹ ਸਟਾਫ ਦੇ ਬੇਸ 'ਤੇ ਹੀ, ਇੱਕ ਐਕਸਪੀਰੀਅੰਸ ਸਟਾਫ, ਇੱਕ ਸਾਲ ਦਾ, ਦੋ ਸਾਲ ਦਾ ਐਕਸਪੀਰੀਅੰਸ ਸਟਾਫ ਦੇ ਬੇਸ 'ਤੇ ਆਪਣਾ ਬਿਜ਼ਨਸ ਚਲਾ ਰਹੇ ਨੇ। ਸੋ ਇਸ ਵਜ੍ਹਾ ਨਾਲ ਜਿਹੜੇ ਕਲਾਇੰਟਸ ਨੂੰ ਚੀਟ ਮਿਲਦੀ ਹੈਗੀ ਹੈ ਕਿ ਧੋਖਾ ਮਿਲਦਾ ਹੈਗਾ ਔਰ ਕਈਆਂ ਦੇ ਕਲਾਇੰਟਸ ਦੇ ਪੈਸੇ ਵੀ ਫਸ ਜਾਂਦੇ ਨੇ। ਸਰਟੀਫਿਕੇਸ਼ਨ ਦੀ ਤੁਸੀਂ ਗੱਲ ਕੀਤੀ ਹੈ ਨਾ ਕਿ ਇਮੀਗ੍ਰੇਸ਼ਨ ਜਿਹੜੇ ਕੰਸਲਟੈਂਸੀਜ਼ ਹੁੰਦੀਆਂ ਨੇ ਉਹ ਸਰਟੀਫਾਈਡ ਹੋਣੀਆਂ ਚਾਹੀਦੇ ਨੇ, ਉਹਨਾਂ ਦੀ ਸਰਟੀਫਿਕੇਸ਼ਨ ਦੇ ਲਈ ਕੀ ਪ੍ਰੋਸੀਜਰ ਹੁੰਦਾ, ਮਤਲਬ ਉਹ ਕਿੱਦਾਂ ਸਰਟੀਫਾਈਡ ਹੁੰਦੀਆਂ ਨੇ? ਦੇਖੋ ਇਹਦੇ 'ਚ ਮੈਂ ਇੰਡੀਆ ਦੇ ਵਿੱਚ ਹਾਂ ਅਤੇ ਮੇਰਾ ਪੰਜਾਬ ਦਾ ਲਾਇਸੈਂਸ ਹੈਗਾ ਆ ਅਤੇ ਮੇਰੇ ਬ੍ਰਦਰ ਕੈਨੇਡਾ ਦੇ ਵਿੱਚ ਹੈਗੇ ਨੇ ਅਤੇ ਉਹਨਾਂ ਕੋਲ ਕੈਨੇਡੀਅਨ ਸਿਟੀਜ਼ਨ ਨੇ। 1994 ਦੇ ਵਿੱਚ ਉਹ ਕੈਨੇਡਾ ਗਏ ਸੀਗੇ, ਉਹਨਾਂ ਨੇ ਪੂਰੀ ਇਹਦੀ ਸਟੱਡੀ ਕੀਤੀ ਹੈ, 3-4 ਈਅਰਸ ਦੀ ਲਾਇਸੈਂਸ ਪ੍ਰਾਪਤ ਹੋਇਆ ਹੈ ਅੰਬੈਸੀ ਵੱਲੋਂ। ਸੋ ਉਹ ਔਥ ਕਮਿਸ਼ਨਰ ਵੀ ਨੇ ਹੁਣ ਰਾਈਟ ਨਾਓ ਉੱਥੇ ਦੇ। ਸੋ ਇਹਦੀ ਇੱਕ ਵੈਲ, ਅਗਰ ਆਪਾਂ ਆਸਟ੍ਰੇਲੀਆ ਕਵਾਂ ਜਾਂ ਕੈਨੇਡਾ ਕਵਾਂ ਜਾਂ ਯੂਕੇ ਕਵਾਂ ਤੇ ਉਹਦੀ ਇੱਕ ਸਟੱਡੀ ਹੁੰਦੀ ਹੈ ਉਸ ਕੰਟਰੀਜ਼ ਦੇ ਵਿੱਚ ਔਰ ਗੌਰਮੈਂਟ ਵੱਲੋਂ ਫਿਰ ਉਹ ਲਾਇਸੈਂਸ ਦਿੱਤਾ ਜਾਂਦਾ। ਪਿੱਛੇ ਜੇ ਕਾਫੀ ਰੂਮਰਸ ਆਈਆਂ ਸੀਗੀਆਂ ਕਿ ਕੈਨੇਡਾ ਨੇ ਵੀਜ਼ਾਸ ਬੰਦ ਕਰ ਦਿੱਤੇ ਨੇ, ਰਿਐਲਿਟੀ ਹੈ ਕਿ ਸਿਰਫ ਅਫਵਾਹਾਂ ਹੀ ਉੱਡ ਰਹੀਆਂ ਨੇ ਕਿਉਂਕਿ ਕਹਿ ਰਹੇ ਨੇ ਕਿ ਉੱਥੇ ਬਹੁਤ ਜ਼ਿਆਦਾ ਰਸ਼ ਹੋ ਗਿਆ, ਪੰਜਾਬੀ ਬਹੁਤ ਜ਼ਿਆਦਾ ਚਲੇ ਗਏ ਆ। ਜਿਹੜਾ ਰੂਮਰ ਫੈਲਿਆ ਸੀਗਾ ਔਰ ਬਿਲਕੁਲ ਸਹੀ ਫੈਲਿਆ ਸੀਗਾ ਰੂਮਰ, ਆਪਾਂ ਵੀ ਕਾਫੀ ਉਹਦੀ ਫੇਸਿੰਗ ਕੀਤੀ ਹੈਗੀ ਹੈ। ਸੋ ਉਹਦੇ 'ਚ ਦੇਖੋ ਇਹੀ ਇਹ ਰਿਊਮਰ ਫੈਲਿਆ ਕਿ ਜਿਹੜਾ ਪ੍ਰਾਈਵੇਟ ਕਾਲਜਸ ਨੇ ਉੱਥੇ ਬਹੁਤ ਜ਼ਿਆਦਾ ਕਰਾਊਡ ਕਰ ਦਿੱਤਾ ਹੈਗਾ, ਸੋ ਪ੍ਰਾਈਵੇਟ ਕਾਲਜਿਸ ਨੂੰ ਵਰਕਿੰਗ ਨਹੀਂ ਮਿਲਦੀ, ਠੀਕ ਹੈ, ਜਿਸ ਕਰਕੇ ਜ਼ਿਆਦਾ ਰਿਊਮਰ ਫੈਲਿਆ ਕਿ ਕੈਨੇਡਾ ਜਿਹੜੇ ਜਿਹੜੇ ਯੂਕੇ ਬੇਸ ਕੰਮ ਕਰਦੇ ਨੇ ਜਾਂ ਜਿਹੜੇ ਆਸਟ੍ਰੇਲੀਆ ਬੇਸ ਕੰਮ ਕਰਦੇ ਨੇ ਉਹ ਰਿਊਮਰ ਫੈਲਾਉਂਦੇ ਨੇ। ਰਿਕੁਆਇਰਮੈਂਟਸ ਕੀ ਹੁੰਦੀਆਂ ਨੇ ਜੇ ਸਟੱਡੀ ਵੀਜ਼ੇ ਤੇ ਆਪਾਂ ਬਾਹਰ ਜਾਣਾ ਆ ਤੇ ਉਹਦੇ ਲਈ ਕੀ ਚਾਹੀਦਾ ਹੁੰਦਾ? ਦੇਖੋ ਸਭ ਤੋਂ ਪਹਿਲੇ ਬੱਚੇ ਦੇ ਪਰਸੈਂਟੇਜ ਬਹੁਤ ਮੈਟਰ ਕਰਦੇ ਨੇ, ਪਲੱਸ ਟੂ 'ਚ ਕਿਹੜੀ ਸਟਰੀਮ ਰੱਖੀ ਹੋਈ ਆ ਉਹਦੇ ਪਰਸੈਂਟੇਜ 60-65% ਪਲੱਸ ਚਾਹੀਦੇ ਨੇ। ਅਗਰ ਕੁਛ ਅੱਛੀ ਯੂਨੀਵਰਸਿਟੀਜ਼ ਹੈਗੀਆਂ ਨੇ ਜਿਹੜੇ ਲੈਂਦੀ ਹੀ 75% ਔਰ 85% ਮਾਰਕਸ ਹੈਗੀਆਂ ਨੇ ਅਤੇ ਉਹਨਾਂ ਵਾਸਤੇ ਬਹੁਤ ਅੱਛੀ ਆਪਸ਼ਨਸ ਹੁੰਦੇ ਨੇ ਜਿਨ੍ਹਾਂ ਦੇ ਪਰਸੈਂਟੇਜ 85-75% ਅਬਵ ਹੁੰਦੇ ਨੇ। ਸੋ ਲਾਸਟ ਹੀ ਕੈਨੇਡਾ ਮਾਰਕ ਮਿਲਰ ਸਾਡੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੇ ਇਹ ਵੀ ਦੱਸਿਆ ਹੈਗਾ ਕਿ PTE ਐਂਡ TOEFL ਵੀ ਜਿਹੜੀ ਹੁਣ ਸਟੂਡੈਂਟ ਵਾਸਤੇ ਮਨਜ਼ੂਰ ਕਰ ਦਿੱਤੀ ਗਈ ਹੈ। ਠੀਕ ਹੈ, ਔਰ ਇੱਕ ਇਹ ਵੀ ਬੜੀ ਗੱਲ ਹੁੰਦੀ ਹੈ ਕਿ ਤੁਹਾਡੇ ਆਇਲਸ ਦੇ ਵਿੱਚ ਬੈਂਡ ਦੀ ਗਰੰਟੀ ਅਸੀਂ ਲੈਂਦੇ ਹਾਂ, ਠੀਕ ਹੈ, ਮਤਲਬ ਇੱਦਾਂ ਵੀ ਹੁੰਦਾ ਕਿ ਚਲੋ ਨਹੀਂ ਆਉਂਦਾ ਕੁਛ, ਠੀਕ ਹੈ, ਕੋਈ ਗੱਲ ਨਹੀਂ, ਬੈਂਡ 'ਤੇ ਆ ਹੀ ਜਾਣੇ ਨੇ? ਨਹੀਂ ਜੀ, ਇੱਦਾਂ ਦਾ ਕੁਛ ਨਹੀਂ ਹੈਗਾ। ਦੇਖੋ ਇੱਦਾਂ ਅਗਰ ਇੱਦਾਂ ਹੋਣ ਲੱਗ ਗਿਆ ਤਾਂ ਵੱਡੇ ਵੱਡੇ ਅਫਸਰ ਵੀ ਜਿਹੜੇ ਹੈਗੇ ਨੇ ਉਹ ਵੀ ਇਸ ਪਿੱਛੇ ਦੌੜ ਜਾਣਗੇ। ਦੇਖੋ ਜਿਹੜਾ ਇੱਕ ਕੁਆਲੀਫਿਕੇਸ਼ਨ ਹੈ ਉਹ ਤਾਂ ਬੱਚੇ ਨੂੰ ਕਰਨੀ ਹੀ ਪੈਣੀ ਹੈਗੀ ਹੈ। ਅਗਰ ਉਹ ਕੋਈ ਗਲਤ ਕੰਮ ਕਰਦਾ ਹੈ ਤਾਂ ਡੈਫੀਨੇਟਲੀ, ਤੁਸੀਂ ਸ਼ਾਇਦ ਸੁਣਿਆ ਵੀ ਹੋਏਗਾ, ਲਾਸਟ ਈਅਰ 'ਚ ਵੀ ਅੰਬੈਸੀ ਦੇ ਵਿੱਚ ਕਾਫੀ ਇੱਦਾਂ ਦੇ ਕੇਸਿਸ ਫੜੇ ਗਏ ਸੀਗੇ। ਔਰ ਇੱਕ ਵਾਰੀ ਤਾਂ ਆਇਲਸ ਕਰਕੇ ਆਪਾਂ ਸਟੱਡੀ ਵੀਜ਼ੇ 'ਤੇ ਚਲੇ ਗਏ, ਉਸ ਤੋਂ ਬਾਅਦ ਜਦੋਂ PR ਦੇ ਲਈ ਅਪਲਾਈ ਕਰਨਾ ਆ ਤਾਂ
ਫਿਰ ਵੀ ਆਇਲਸ ਜਿਹੜੀ ਉਹ ਦੁਬਾਰਾ ਕਰਨੀ ਪੈਂਦੀ ਹੈ? ਬਿਲਕੁਲ, ਜਦੋਂ ਆਪਾਂ ਸਟੱਡੀ ਲਈ ਜਾਂਦੇ ਹੈਗੇ ਹਾਂ ਉਦੋਂ ਅਕੈਡਮਿਕ ਸਟੱਡੀ ਆਇਲਸ ਕਰਨੀ ਪੈਂਦੀ ਹੈਗੀ ਆ, ਔਰ ਜਦੋਂ ਆਪਾਂ ਪੀ ਆਰ ਵਰਕ, ਫਿਰ ਉਸ ਤੋਂ ਬਾਅਦ PGWP ਵਰਕ ਪਰਮਿਟ ਮਿਲਦਾ ਆ, ਐਂਡ ਉਸ ਤੋਂ ਬਾਅਦ PR ਦੇ ਪੁਆਇੰਟਸ ਬਣਦੇ ਨੇ, ਉਹ PR ਪੁਆਇੰਟਸ ਦੇ ਲਈ ਸਾਨੂੰ ਜਨਰਲ ਦੇ ਵਿੱਚ ਆਇਲਸ ਕਰਨੀ ਪੈਂਦੀ ਹੈ। ਓਕੇ, ਸੋਲਜਰ ਟਾਈਮਸ ਤੋਂ ਮੈਂ ਹਾਂ ਜਸਪ੍ਰੀਤ ਕੌਰ ਸ਼ੇਰਗਿੱਲ, ਔਰ ਬਿਲਕੁਲ ਜੀ ਹਾਜ਼ਰ ਹਾਂ ਅੱਜ ਦਾ ਇਹ ਪੋਡਕਾਸਟ ਲੈ ਕੇ। ਔਰ ਅੱਜ ਇਸ ਪੋਡਕਾਸਟ ਦੇ ਵਿੱਚ ਅਸੀਂ ਗੱਲ ਕਰਾਂਗੇ ਇਮੀਗ੍ਰੇਸ਼ਨ ਦੇ ਬਾਰੇ, ਔਰ ਇਸ ਟੋਪਿਕ ਦੇ ਉੱਪਰ ਗੱਲ ਕਰਨ ਦੇ ਲਈ ਸਾਡੇ ਕੋਲ ਪਹੁੰਚੇ ਹੋਏ ਨੇ ਯੈਸ ਇਮੀਗ੍ਰੇਸ਼ਨ ਕੰਸਲਟੈਂਸੀ ਤੋਂ ਮਿਸਟਰ ਸੰਜੇ ਨਾਰੰਗ ਜੀ, ਜਿਨ੍ਹਾਂ ਦੀ ਕਿ ਇਹ ਜਿਹੜੀ ਇਮੀਗ੍ਰੇਸ਼ਨ ਕੰਸਲਟੈਂਸੀ ਹੈ ਉਹ ਕੈਨੇਡੀਅਨ ਗਵਰਨਮੈਂਟ ਦੇ ਕੋਲੋਂ ਸਰਟੀਫਾਈਡ ਹੈ। ਸੋ ਸਾਡੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹਨਾਂ ਨੂੰ ਹੋਣਗੇ, ਔਰ ਸਾਡੇ ਮੈਨੂੰ ਲੱਗਦਾ ਕਿ ਸਾਡੇ ਡਾਊਟ ਜਿਹੜੇ ਨੇ ਉਹ ਵੀ ਬਹੁਤ ਸਾਰੇ ਅੱਜ ਕਲੀਅਰ ਹੋ ਜਾਣਗੇ। ਸੋ ਸਰ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਹਾਂ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਹੈਗਾ, ਔਰ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਅੱਜ ਮੈਨੂੰ ਇਹ ਮੌਕਾ ਮਿਲਿਆ। ਨਹੀਂ ਸਰ, ਮੈਨੂੰ ਲੱਗਦਾ ਕਿ ਸਾਡੇ ਲਈ ਇਹ ਬਹੁਤ ਲੱਕੀ ਟਾਈਮ ਹੋਏਗਾ, ਕਿਉਂਕਿ ਬਹੁਤ ਸਾਰੀਆਂ ਰੂਮਰਸ ਨੇ, ਹੈ ਨਾ, ਵੀਜ਼ਾਜ਼ ਨੂੰ ਲੈ ਕੇ ਔਰ ਇਮੀਗ੍ਰੇਸ਼ਨ ਨੂੰ ਲੈ ਕੇ ਡਰ ਬਹੁਤ ਹੈ ਲੋਕਾਂ ਦੇ ਦਿਲਾਂ ਦੇ ਵਿੱਚ, ਔਰ ਅੱਜ ਆਪਾਂ ਉਹ ਸਾਰੇ ਡਰ ਕੱਢ ਦੇਣੇ ਆ। ਬਿਲਕੁਲ ਜੀ, ਬਿਲਕੁਲ, ਹੈ ਨਾ। ਸਭ ਪਹਿਲਾਂ ਮੈਨੂੰ ਇਹ ਦੱਸੋ ਕਿ ਯੈਸ ਇਮੀਗ੍ਰੇਸ਼ਨ ਜਿਹੜੀ ਹੈ ਉਹਨੂੰ ਕਿੰਨਾ ਕੁ ਟਾਈਮ ਹੋ ਗਿਆ ਹੈ ਕੰਮ ਕਰਦੇ ਹੋਏ, ਔਰ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਤੁਹਾਡਾ? ਯੈਸ ਇਮੀਗ੍ਰੇਸ਼ਨ ਨੂੰ ਅਗਰ ਗੱਲ ਕਰਾਂ ਤਾਂ ਟੋਟਲ ਅੱਜ 18 ਈਅਰਸ ਪਲੱਸ ਹੋ ਚੁੱਕੇ ਨੇ। ਜਿਹੜੇ ਮੇਰੇ ਵੱਡੇ ਬ੍ਰਦਰ ਜੋ ਕੈਨੇਡਾ ਦੇ CACC ਲੋਇਰਸ ਨੇ, ਮਿਸਟਰ ਰਾਜ ਨਾਰੰਗ ਜੋ ਡਾਇਰੈਕਟਰ ਨੇ ਯੈਸ ਇਮੀਗ੍ਰੇਸ਼ਨ ਦੇ, ਜਿਨ੍ਹਾਂ ਨੇ ਨੀਂਹ ਪੱਥਰ ਰੱਖਿਆ ਸੀ ਯੈਸ ਇਮੀਗ੍ਰੇਸ਼ਨ ਦਾ, ਔਰ ਕੈਨੇਡਾ ਤੋਂ ਹੀ ਰੱਖਿਆ ਸੀਗਾ। ਸੋ ਐਕਸਪੀਰੀਅੰਸ, ਮੈਂ ਜਿਹੜੀ ਜੁਆਇਨਿੰਗ ਕੀਤੀ ਸੀ 2017 ਦੇ ਵਿੱਚ, ਇੰਡੀਆ ਦੇ ਵਿੱਚ ਜੁਆਇਨਿੰਗ ਕੀਤੀ ਹੈਗੀ ਆ, ਉਹ ਵੀ ਆਪਣੇ ਵੱਡੇ ਬ੍ਰਦਰ ਦੇ ਆਸ਼ੀਰਵਾਦ ਨਾਲ ਹੀ ਸਟਾਰਟਅਪ ਕੀਤਾ ਸੀਗਾ, ਔਰ ਬਹੁਤ ਅੱਛੀ ਐਂਡ ਇੱਕ ਵਾਈਟ ਕਾਲਰ ਜੋਬ ਆਪਾਂ ਕੀਤੀ ਹੈਗੀ ਆਪਣੀ ਇਮੀਗ੍ਰੇਸ਼ਨ ਨੂੰ ਹਮੇਸ਼ਾ ਉੱਚਾ ਨਾਮ ਹਮੇਸ਼ਾ ਉੱਚਾ ਲੈ ਕੇ ਜਾਣ ਦਾ ਸੁਪਨਾ ਦੇਖਿਆ ਆ, ਔਰ ਇੱਕ ਦਿਨ ਉਹ ਪੂਰਾ ਵੀ ਹੋ ਰਿਹਾ ਹੈਗਾ। ਬਿਲਕੁਲ, ਔਰ ਸਰ ਜਿਹੜੀਆਂ ਜਿੱਦਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਰੂਮਰਸ ਨੇ, ਅਫਵਾਹਾਂ ਨੇ, ਕਿ ਮਤਲਬ ਬਹੁਤ ਵਾਰੀ ਕਹਿ ਦਿੱਤਾ ਜਾਂਦਾ ਹੈ ਕਿ ਉਹ ਪਰਦਾ ਬਹੁਤ ਰੱਖਦੇ ਆ, ਹੈ ਨਾ, ਸੱਚ ਨਹੀਂ ਦੱਸਦੇ, ਹੈ ਨਾ, ਕਿ ਫੇਕ ਵੀ ਕੰਸਲਟੈਂਸੀਜ਼ ਜਿਹੜੀਆਂ ਉਹ ਬਹੁਤ ਹੁੰਦੀਆਂ ਨੇ, ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ? ਬਿਲਕੁਲ, ਮਾਰਕੀਟ 'ਚ ਦੇਖੋ ਇੱਦਾਂ ਦੇ ਬਹੁਤ ਸਾਰੇ, ਮੈਂ ਨਾਮ ਨਹੀਂ ਲਊਂਗਾ, ਬਹੁਤ ਸਾਰੇ ਏਜੰਟਸ ਵੀ ਨੇ ਜਿਹਨਾਂ ਨੂੰ ਖੁਦ ਨੌਲੇਜ ਵੀ ਨਹੀਂ ਹੈਗੀ, ਔਰ ਉਹ ਇਸ ਬਾਰੇ ਕਲਾਇੰਟਸ ਨੂੰ ਵੀ ਪੂਰਾ ਕੌਂਸਲ ਨਹੀਂ ਕਰ ਪਾਉਂਦੇ ਹੈਗੇ ਕਿ ਕੀ ਚੀਜ਼ ਹੈਗੀ ਹੈ ਇਮੀਗ੍ਰੇਸ਼ਨ, ਇਮੀਗ੍ਰੈਂਟ ਕੀ ਹੈਗਾ ਆ, ਔਰ ਉਹ ਸਟਾਫ ਦੇ ਬੇਸ 'ਤੇ ਹੀ, ਇੱਕ ਐਕਸਪੀਰੀਅੰਸ ਸਟਾਫ, ਇੱਕ ਸਾਲ ਦਾ, ਦੋ ਸਾਲ ਦਾ ਐਕਸਪੀਰੀਅੰਸ ਸਟਾਫ ਦੇ ਬੇਸ 'ਤੇ ਆਪਣਾ ਬਿਜ਼ਨਸ ਚਲਾ ਰਹੇ ਨੇ। ਸੋ ਇਸ ਵਜ੍ਹਾ ਨਾਲ ਜਿਹੜੇ ਕਲਾਇੰਟਸ ਨੂੰ ਚੀਟ ਮਿਲਦੀ ਹੈਗੀ ਹੈ ਕਿ ਧੋਖਾ ਮਿਲਦਾ ਹੈਗਾ, ਔਰ ਕਈਆਂ ਦੇ ਕਲਾਇੰਟਸ ਦੇ ਪੈਸੇ ਵੀ ਫਸ ਜਾਂਦੇ ਨੇ। ਸੋ ਇਸ ਗੱਲੋਂ ਕਲਾਇੰਟਸ ਨੂੰ ਬਹੁਤ ਪ੍ਰਪੇਅਰ ਹੋਣ ਦਾ ਮੈਂ ਇੱਥੇ ਕਹਿਣਾ ਹੈਗਾ ਕਿ ਬਹੁਤ ਪ੍ਰਪੇਅਰ ਹੋਣਾ ਚਾਹੀਦਾ ਆ, ਚਾਹੇ ਉਹ ਬੱਚੇ ਤਾਂ ਦੇਖੋ ਛੋਟੇ ਨੇ, ਬੱਚਿਆਂ ਦਾ ਤਾਂ ਸੁਪਨਾ ਹੈਗਾ ਕਿ ਅਸੀਂ ਬਾਹਰ ਜਾ ਕੇ ਪੜ੍ਹਨਾ ਅਤੇ ਆਪਣੀ ਲਾਈਫ ਸੈੱਟ ਕਰਨੀ ਹੈ, ਬਟ ਇਹਦੇ ਨਾਲ ਨਾਲ ਪੇਰੈਂਟਸ ਦੀ ਬਹੁਤ ਇੱਕ ਸੋਚ ਨਾਲ ਚੱਲਣਾ ਚਾਹੀਦਾ ਪੇਰੈਂਟਸ ਨੂੰ, ਇੱਕ ਬੈਸਟ ਕੰਸਲਟੈਂਟ ਦੇ ਕੋਲ ਜਿਹੜਾ ਲਾਇਸੈਂਸ ਮਾਨਿਆ ਪ੍ਰਾਪਤ ਹੈ, ਜਿਹੜਾ ਖੁਦ ਐਜੂਕੇਟਿਡ ਹੈ, ਜਿਹਨੂੰ ਜਿਹੜਾ ਖੁਦ ਤੁਹਾਨੂੰ ਕੌਂਸਲਿੰਗ ਪੂਰੀ ਦੇ ਪਾਵੇ ਜੀ, ਕਿ ਔਰ ਖੁਦ ਜਿਹੜਾ, ਅਗਰ ਤਾਂ ਓਨਰ ਮਿਲੇ ਤਾਂ ਵੈਲ ਐਂਡ ਗੁੱਡ ਹੈ, ਬਟ ਮੈਂ ਦੇਖਿਆ ਅੱਜ ਦੀ ਡੇਟ ਦੇ ਵਿੱਚ ਓਨਰ ਖੁਦ ਮਿਲਦਾ ਹੀ ਨਹੀਂ ਹੈਗਾ। ਸੋ ਸਾਡੀ ਯੈਸ ਇਮੀਗ੍ਰੇਸ਼ਨ 'ਚ ਇੱਕ ਇਹ ਚੀਜ਼ ਹੈਗੀ ਹੈ, ਚਾਹੇ ਤੁਸੀਂ ਕੈਨੇਡਾ ਔਫਿਸ 'ਚ ਚਲ ਜਾਓ, ਚਾਹੇ ਤੁਸੀਂ ਆਸਟ੍ਰੇਲੀਆ ਔਫਿਸ 'ਚ ਚਲ ਜਾਓ, ਜਾਂ ਇੰਡੀਅਨ ਔਫਿਸ 'ਚ ਚਲ ਜਾਓ, ਇੰਡੀਆ ਔਫਿਸ 'ਚ ਮੈਂ ਮਿਲਦਾ ਹੈਗਾ ਹਾਂ ਜਲੰਧਰ ਦੇ ਵਿੱਚ, ਔਰ ਸਾਡਾ ਜਲਦ ਹੀ ਮੈਂ ਤੁਹਾਡੇ ਰੂਬਰੂ ਦੱਸਣਾ ਚਾਹੁੰਦਾ ਹਾਂ, ਵਿਦ ਇਨ ਇਸੀ ਈਅਰ ਦੇ ਵਿੱਚ ਮੋਹਾਲੀ ਦੇ ਵਿੱਚ ਔਫਿਸ ਆਪਾਂ ਓਪਨ ਕਰ ਰਹੇ ਹੈਗੇ ਹਾਂ, ਅਤੇ ਔਰ ਉੱਥੇ ਵੀ ਮੈਂ ਖੁਦ ਹੀ ਮਿਲੂੰਗਾ, ਕੋਈ ਇਹ ਨਹੀਂ ਹੈਗਾ ਕਿ ਸਟਾਫ ਨੂੰ ਮਿਲ ਕੇ ਚਲੇ ਜਾਓ ਜਾਂ ਖੁਦ, ਤਾਂ ਉਹ ਤੁਹਾਨੂੰ ਜਲਦੀ ਟਾਈਮ
ਦੱਸ ਦਿੱਤਾ ਜਾਏਗਾ ਕਿ ਕਦੋਂ ਆਪਾਂ ਓਪਨ ਕਰ ਰਹੇ ਹਾਂ। ਔਰ ਸਰ ਸਰਟੀਫਿਕੇਸ਼ਨ ਦੀ ਤੁਸੀਂ ਗੱਲ ਕੀਤੀ ਹੈ ਨਾ ਕਿ ਇਮੀਗ੍ਰੇਸ਼ਨ ਜਿਹੜੇ ਕੰਸਲਟੈਂਸੀਜ਼ ਹੁੰਦੀਆਂ ਨੇ ਉਹ ਸਰਟੀਫਾਈਡ ਹੋਣੀਆਂ ਚਾਹੀਦੇ ਨੇ, ਉਹਨਾਂ ਦੀ ਸਰਟੀਫਿਕੇਸ਼ਨ ਦੇ ਲਈ ਕੀ ਪ੍ਰੋਸੀਜਰ ਹੁੰਦਾ, ਮਤਲਬ ਉਹ ਕਿੱਦਾਂ ਸਰਟੀਫਾਈਡ ਹੁੰਦੀਆਂ ਨੇ? ਦੇਖੋ ਇਹਦੇ 'ਚ ਮੈਂ ਇੰਡੀਆ ਦੇ 'ਚ ਹਾਂ ਅਤੇ ਮੇਰਾ ਪੰਜਾਬ ਦਾ ਲਾਇਸੈਂਸ ਹੈਗਾ ਆ, ਅਤੇ ਮੇਰੇ ਬ੍ਰਦਰ ਕੈਨੇਡਾ ਦੇ ਵਿੱਚ ਹੈਗੇ ਨੇ ਅਤੇ ਉਹਨਾਂ ਕੋਲ ਕੈਨੇਡੀਅਨ ਸਿਟੀਜ਼ਨ ਨੇ। 1994 ਦੇ ਵਿੱਚ ਉਹ ਕੈਨੇਡਾ ਗਏ ਸੀਗੇ, ਉਹਨਾਂ ਨੇ ਪੂਰੀ ਇਹਦੀ ਸਟੱਡੀ ਕੀਤੀ ਹੈ, 3 to 4 years ਦੀ ਲਾਇਸੈਂਸ ਪ੍ਰਾਪਤ ਹੋਇਆ ਅੰਬੈਸੀ ਵੱਲੋਂ। ਸੋ ਉਹ ਔਥ ਕਮਿਸ਼ਨਰ ਵੀ ਨੇ ਹੁਣ ਰਾਈਟ ਨਾਓ ਉੱਥੇ ਦੇ। ਸੋ ਇਹਦੀ ਇੱਕ ਵੈਲ, ਅਗਰ ਆਪਾਂ ਆਸਟ੍ਰੇਲੀਆ ਕਵਾਂ ਜਾਂ ਕੈਨੇਡਾ ਕਵਾਂ ਜਾਂ ਯੂਕੇ ਕਵਾਂ, ਅਤੇ ਉਹਦੀ ਇੱਕ ਸਟੱਡੀ ਹੁੰਦੀ ਹੈ ਉਸ ਕੰਟਰੀਜ਼ ਦੇ ਵਿੱਚ, ਔਰ ਗੌਰਮੈਂਟ ਵੱਲੋਂ ਫਿਰ ਉਹ ਲਾਇਸੈਂਸ ਦਿੱਤਾ ਜਾਂਦਾ। ਓਕੇ, ਅਤੇ ਕੈਨੇਡਾ ਦੇ ਵਿੱਚ ਤੁਹਾਡੇ ਬ੍ਰਦਰ ਨੂੰ ਜਿੱਦਾਂ ਕਿ ਮੈਂ ਇੰਟਰੋ ਦੇ ਵਿੱਚ ਦੱਸਿਆ ਵੀ ਕਿ ਕੈਨੇਡੀਅਨ ਗਵਰਨਮੈਂਟ ਵੱਲੋਂ ਜਿਹੜਾ ਸਰਟੀਫਾਈਡ ਇਮੀਗ੍ਰੇਸ਼ਨ ਹੈ ਤੁਹਾਡੀ, ਅਤੇ ਉਹ ਉਹੀ ਸਰਟੀਫਿਕੇਸ਼ਨ ਜਿਹੜੀ ਉਹਨਾਂ ਨੂੰ ਮਿਲੀ ਹੋਈ ਹੈ ਜਿਵੇਂ ਤੁਸੀਂ ਦੱਸਿਆ? ਉਹਨੂੰ CICC, ਪਹਿਲੇ ICCRC ਹੁੰਦਾ ਸੀ ਜਿਹਨੂੰ ਕਿਹਾ ਜਾਂਦਾ ਸੀ, ਹੁਣ ਹੋਏਗਾ CICC। ਸੋ ਉਹ ਸਾਡੀ ਕੰਪਨੀਜ਼ ਜਿਹੜੀ ਹੈ ਇਮੀਗ੍ਰੇਸ਼ਨ 'ਚ, ਮੇਰੇ ਭਈਆ ਕੋਲ ਵੀ ਹੈ ਲਾਇਸੈਂਸ ਉਹਦਾ, ਔਰ ਹੁਣ ਲੇਟੈਸਟ ਹੀ ਸਾਡੇ ਭਾਬੀ ਜੀ ਨੂੰ ਵੀ ਉਹ ਲਾਇਸੈਂਸ ਜਿਹੜਾ ਮਿਲ ਚੁੱਕਾ ਹੈ। ਓਕੇ, ਅਤੇ ਰਿਕੁਆਇਰਮੈਂਟਸ ਕੀ ਹੁੰਦੀਆਂ ਨੇ ਜੇ ਸਟੱਡੀ ਵੀਜ਼ੇ 'ਤੇ ਆਪਾਂ ਬਾਹਰ ਜਾਣਾ ਆ, ਅਤੇ ਉਹਦੇ ਲਈ ਕੀ ਚਾਹੀਦਾ ਹੁੰਦਾ? ਦੇਖੋ ਸਭ ਤੋਂ ਪਹਿਲੇ ਬੱਚੇ ਦੇ ਪਰਸੈਂਟੇਜ ਬਹੁਤ ਮੈਟਰ ਕਰਦੇ ਨੇ, ਪਲੱਸ ਟੂ 'ਚੋਂ ਕਿਹੜੀ ਸਟਰੀਮ ਰੱਖੀ ਹੋਈ ਆ ਉਹਦੇ ਪਰਸੈਂਟੇਜ 60-65% ਪਲੱਸ ਚਾਹੀਦੇ ਨੇ। ਅਗਰ ਕੁਛ ਅੱਛੀ ਯੂਨੀਵਰਸਿਟੀਜ਼ ਹੈਗੀਆਂ ਨੇ ਜਿਹੜੇ ਲੈਂਦੀ ਹੀ 75% ਔਰ 85% ਮਾਰਕਸ ਹੈਗੀਆਂ ਨੇ, ਅਤੇ ਉਹਨਾਂ ਵਾਸਤੇ ਬਹੁਤ ਅੱਛੀ ਆਪਸ਼ਨਸ ਹੁੰਦੇ ਨੇ ਜਿਨ੍ਹਾਂ ਦੇ ਪਰਸੈਂਟੇਜ 85-75% ਅਬਵ ਹੁੰਦੇ ਨੇ, ਜਾਂਦੇ ਨੇ। ਜਿਹੜੇ ਕੋਲੇਜਿਸ ਨੇ, ਜਿਹੜੇ ਉੱਥੇ ਗੌਰਮੈਂਟ ਕੋਲੇਜਿਸ ਹੈ, ਮੈਂ ਇੱਕ ਛੋਟੀ ਜਿਹੀ ਪਹਿਲੇ ਚੀਜ਼ ਦੱਸਣਾ ਚਾਹਾਂਗਾ, ਯੈਸ ਇਮੀਗ੍ਰੇਸ਼ਨ ਜਿਹੜਾ ਆ ਉਹ ਗੌਰਮੈਂਟ ਕੋਲੇਜਿਸ ਨੂੰ ਹੀ ਡੀਲ ਕਰਦਾ ਹੈ, ਚਾਹੇ ਉਹ ਆਸਟ੍ਰੇਲੀਆ ਹੋਵੇ, ਚਾਹੇ ਉਹ ਕੈਨੇਡਾ ਹੋਵੇ, ਚਾਹੇ ਉਹ ਯੂਰਪ ਹੋਵੇ, ਚਾਹੇ USA, ਚਾਹੇ ਨਿਊਜ਼ੀਲੈਂਡ, ਉਹ ਗੌਰਮੈਂਟ ਕੋਲੇਜਿਸ ਨੂੰ ਹੀ ਡੀਲ ਕਰਦਾ ਹੈ, ਪ੍ਰਾਈਵੇਟ ਨੂੰ ਉਹਨੇ ਅੱਜ ਤੱਕ ਡੀਲ ਨਹੀਂ ਕੀਤਾ ਹੈਗਾ। ਸੋ ਗੌਰਮੈਂਟ ਕੋਲੇਜਿਸ ਦੇ ਵਿੱਚ ਬੱਚੇ ਨੂੰ ਅੱਛੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਸਟਰੀਮ ਜਿਹੜੀ ਕਾਮਰਸ, ਨੋਨ ਮੈਡੀਕਲ, ਆਰਟਸ, ਔਰ ਪਰਸੈਂਟੇਜ ਜਿੱਦਾਂ ਮੈਂ ਤੁਹਾਨੂੰ ਦੱਸਿਆ 60% ਪਲੱਸ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਬੱਚੇ ਦੇ ਆਇਲਸ ਓਵਰਆਲ 6.5 ਬੈਂਡ ਹੋਣ ਤਾਂ ਬਹੁਤ ਅੱਛੀ ਗੱਲ ਹੈਗੀ ਹੈ, ਬਟ ਕੈਨੇਡਾ ਦੇ ਅਨੁਸਾਰ ਰਾਈਟ ਨਾਓ ਸਿੰਗਲ ਮਡੂਲ ਜਾਂ 2 modules 5.5 ਓਵਰਆਲ 6 ਬੈਂਡਸ ਵੀ ਵੀਜ਼ਾ ਲੱਗ ਰਹੇ ਨੇ। ਸੋ ਲਾਸਟ ਹੀ ਕੈਨੇਡਾ ਮਾਰਕ ਮਿਲਰ ਸਾਡੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ, ਉਹਨਾਂ ਨੇ ਇਹ ਵੀ ਦੱਸਿਆ ਹੈਗਾ ਕਿ PTE ਐਂਡ TOEFL ਵੀ ਜਿਹੜੀ ਹੁਣ ਸਟੂਡੈਂਟ ਵਾਸਤੇ ਮਨਜ਼ੂਰ ਕਰ ਦਿੱਤੀ ਗਈ ਹੈ। ਠੀਕ ਹੈ, ਪਰ ਪਹਿਲਾਂ ਤਾਂ ਕੈਨੇਡਾ ਦੇ ਵਿੱਚ ਸਿਰਫ ਆਈਲੈਟਸ ਹੀ ਹੁੰਦੀ ਸੀ, ਹੈ ਨਾ, ਆਇਲਸ ਨੂੰ ਹੀ ਮਤਲਬ ਜ਼ਿਆਦਾ ਉਹ ਮੰਨਦੇ ਸੀਗੇ, ਆਈ ਗੈਸ TOEFL ਸੀ, ਬਟ PTE ਜਿਹੜਾ ਸੀ ਉਹ ਤਾਂ ਜ਼ਿਆਦਾ ਨਹੀਂ ਸੀ, ਉਹ ਸ਼ਾਇਦ ਆਸਟ੍ਰੇਲੀਆ ਦੇ ਲਈ ਜ਼ਿਆਦਾ ਯੂਜ਼ ਹੁੰਦੀ ਸੀ। ਬਿਲਕੁਲ, PTE ਜਿਹੜੀ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਲਈ ਬਹੁਤ ਯੂਜ਼ ਹੁੰਦੀ ਸੀ, ਔਰ ਅੱਜ ਵੀ ਹੋ ਰਹੀ ਹੈ, ਔਰ ਕੈਨੇਡਾ ਨੇ ਵੀ ਹੁਣ ਇਹਨੂੰ ਅਸੈਪਟ ਕਰਨਾ ਸਟਾਰਟ ਕਰ ਦਿੱਤਾ ਹੈਗਾ। ਠੀਕ ਹੈ ਸਰ, ਔਰ ਜੇ ਕਿਸੇ ਨੇ ਸਪਾਊਸ ਵੀਜ਼ੇ 'ਤੇ ਜਾਣਾ ਹੋਵੇ, ਜਿੱਦਾਂ ਬਹੁਤ ਵਾਰੀ ਦੇਖਿਆ ਕਿ ਵਾਈਫ ਨੇ ਜਾਂ ਹਸਬੈਂਡ ਨੇ ਕਿਸੇ ਇੱਕ ਨੇ ਸਟੱਡੀ ਕਰਨ ਜਾਣਾ ਔਰ ਨਾਲ ਜੋ ਹੈ ਉਹ ਕਹਿ ਲਓ ਕਿ ਇੰਡੀਪੈਂਡੈਂਟਲੀ ਜਾਂ ਡਿਪੈਂਡੈਂਟ ਹੋ ਕੇ ਵਰਕ ਪਰਮਿਟ 'ਤੇ ਜਾਂਦਾ, ਅਤੇ ਉਹ ਕਿਸ ਤਰ੍ਹਾਂ ਸਿਸਟਮ ਹੁੰਦਾ? ਬਿਲਕੁਲ, ਪਹਿਲੇ ਦੇਖੋ, ਪਹਿਲੇ ਜਿਹੜਾ ਸੀਗਾ ਪਲੱਸ ਟੂ ਤੋਂ ਬਾਅਦ ਵੀ ਸਪਾਊਸ ਵੀਜ਼ਾ ਪਹਿਲੇ ਜਾਂਦਾ ਸੀ, ਐਪਲੀਕੈਂਟ ਜਾਂਦਾ ਸੀ, ਸਟੂਡੈਂਟ ਜਾਂਦਾ ਸੀਗਾ, ਦੈਨ ਉਸ ਤੋਂ ਬਾਅਦ ਉਹਨਾਂ ਨੇ ਆਫਟਰ 3 to 4 months ਜਦੋਂ ਉਹਨਾਂ ਨੂੰ ਜੋਬ ਲੱਗ ਜਾਂਦੀ ਸੀ, ਦੈਨ ਉਹ ਅਪਲਾਈ ਕਰ ਸਕਦਾ ਸੀ ਆਪਣੇ ਸਪਾਊਸ ਲਈ। ਤੋ ਇਹਦੇ ਵਿੱਚ ਬਹੁਤ ਰਿਊਮਰ ਫੈਲ ਗਿਆ ਸੀਗਾ ਕਿ ਕਾਫੀ ਚੀਟਸ ਹੋਣ ਲੱਗ ਪਈਆਂ ਸੀ, ਗਰਲਸ ਬੋਇਜ਼ ਨਾਲ ਕਾਫੀ ਚੀਟ ਹੋਣ ਲੱਗ ਪਿਆ ਸੀਗਾ, ਅਤੇ ਗੌਰਮੈਂਟ ਨੂੰ ਇਹਦਾ ਅੱਛਾ ਕਦਮ ਲਿੱਤਾ ਉਹਨੇ ਕਿ ਹੁਣ ਮਾਸਟਰਸ ਦਾ, ਜਿਹਨੇ ਮਾਸਟਰਸ ਕਰਨ ਜਾਣਾ ਹੈ ਉਹਦਾ ਹੀ ਸਪਾਊਸ ਉੱਥੇ ਜਾ ਸਕਦਾ ਆ, ਜਾਂ ਕੁਛ ਕੋਰਸਿਸ ਹੈਗੇ ਨੇ ਜੋ ਗ੍ਰੈਜੂਏਟ ਦੇ ਨੇ। ਸੋ ਉਹ ਵੀ ਆਪਣੇ ਸਪਾਊਸ ਨੂੰ ਹੁਣ ਤਾਂ ਨਾਲ ਹੀ ਲੈ ਕੇ ਜਾ ਸਕਦੇ ਨੇ, ਇਕੱਠੇ ਦੋਨੋਂ ਜਾ ਸਕਦੇ ਨੇ। ਮਤਲਬ ਕਿ ਜੇ ਮਾਸਟਰਸ ਡਿਗਰੀ ਕਰਨੀ ਹੈ ਤਾਂ ਫਿਰ ਤੁਸੀਂ ਸਪਾਊਸ ਦੇ ਨਾਲ ਜਾ ਸਕਦੇ ਆ, ਜੇ
ਆਫਟਰ ਪਲੱਸ ਟੂ ਗ੍ਰੈਜੂਏਸ਼ਨ ਦੇ ਲਈ ਕੁਝ ਕੋਰਸਿਸ ਨੇ ਬਟ ਸਾਰਿਆਂ ਦੇ ਲਈ ਨਹੀਂ। ਡਿਪਲੋਮਾ ਲਈ ਬਿਲਕੁਲ ਬੰਦ ਹੈ, ਡਿਪਲੋਮਾ ਲਈ ਸਪਾਊਸ ਬਿਲਕੁਲ ਨਹੀਂ ਜਾ ਸਕਦਾ। ਲਾਈਕ ਗਵਰਨਮੈਂਟ ਵੀ ਸਮਾਰਟ ਹੋ ਗਈ, ਗਵਰਨਮੈਂਟ ਵੀ ਸਮਾਰਟ ਔਰ ਬਹੁਤ ਅੱਛਾ ਰੂਲ ਹੈ ਜੀ, ਬਹੁਤ ਅੱਛਾ ਰੂਲ ਬਿਲਕੁਲ, ਕਿਉਂਕਿ ਲੋਕਾਂ ਨੇ ਇੱਕ ਟ੍ਰੈਂਡ ਬਣਾ ਲਿਆ ਸੀਗਾ ਔਰ ਕਹਿ ਲਓ ਕਿ ਇੱਕ ਬਿਜ਼ਨਸ ਟਾਈਪ ਵੀ ਥੋੜਾ ਹੋ ਗਿਆ ਸੀ। ਕੰਟਰੈਕਟ ਮੈਰਿਜਸ ਦਾ ਤਾਂ ਕਹਿ ਲਓ ਕਿ ਬਹੁਤ ਜ਼ਿਆਦਾ ਹੀ ਕੰਮ ਵੱਧ ਗਿਆ ਸੀ। ਬਿਲਕੁਲ ਬਿਲਕੁਲ ਜੀ, ਦੇਖੋ ਪੇਰੈਂਟਸ ਤਾਂ ਚਾਹੁੰਦੇ ਨੇ ਆਪਾਂ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਨਾ ਹੈ ਨਾ, ਕੋਈ ਵੀ ਪੇਰੈਂਟਸ ਨਹੀਂ ਚਾਹੇਗਾ ਕਿ ਜੋ ਸਾਡੇ ਬੱਚੇ ਦੀ ਡਿਮਾਂਡ ਹੈ ਅਸੀਂ ਪੂਰੀ ਨਾ ਕਰੀਏ। ਹਾਂਜੀ, ਸੋ ਪੇਰੈਂਟਸ ਨੂੰ ਮਜਬੂਰ ਹੋ ਕੇ ਉਹ ਸਟੈਪ ਚੱਕਣਾ ਪੈਂਦਾ ਸੀਗਾ। ਸੋ ਇਸ ਕਰਕੇ ਪੇਰੈਂਟਸ ਚੱਕਦੇ ਸੀਗੇ ਲੇਕਿਨ ਉਹਨਾਂ ਨਾਲ ਬਾਅਦ 'ਚ ਚੀਟ ਹੋ ਜਾਂਦਾ ਸੀਗਾ। ਸੋ ਉਹ ਤਾਂ ਆਪਾਂ ਮਾਰਕ ਮਿਲਰ ਸਰ ਦਾ ਐਂਡ ਜਸਟਿਨ ਟਰੂਡੋ ਦਾ ਬਹੁਤ ਥੈਂਕਸ ਕਰਦੇ ਹਾਂ, ਤੁਸੀਂ ਸਾਡੇ ਪੰਜਾਬ ਬਾਰੇ ਵੀ ਇਸ ਚੀਜ਼ ਬਾਰੇ ਦੇਖਿਆ ਹੈਗਾ ਕਿ ਉਹਨਾਂ ਦੇ ਪੈਸੇ ਵੀ ਬਚਾਏ ਜਾਣ ਅਤੇ ਉਹਨਾਂ ਦੀ ਇੱਜ਼ਤ ਨੂੰ ਵੀ ਬਚਾਇਆ ਜਾਵੇ। ਬਿਲਕੁਲ, ਔਰ ਗੱਲ ਕੀਤੀ ਹੈ ਕਿ ਪ੍ਰਾਈਵੇਟ ਕਾਲਜਿਸ ਔਰ ਗਵਰਨਮੈਂਟ ਕਾਲਜਿਸ, ਹੈ ਨਾ, ਫੀਸ ਸਟਰਕਚਰ ਦੇ ਵਿੱਚ ਵੀ ਡਿਫਰੈਂਸ ਹੁੰਦਾ ਆ ਔਰ ਮਤਲਬ ਸੀਟ ਕਿੱਦਾਂ ਮਿਲਦੀ ਹੈ ਉਹਨਾਂ ਦੇ ਵਿੱਚ? ਬਿਲਕੁਲ, ਪ੍ਰਾਈਵੇਟ ਅਤੇ ਗੌਰਮੈਂਟ 'ਚ ਬਹੁਤ ਅੰਤਰ ਹੈ, ਇੱਕ ਆਪਾਂ ਛੋਟਾ ਅੰਤਰ ਨਹੀਂ ਕਹਿ ਸਕਦੇ, ਬਹੁਤ ਅੰਤਰ ਹੈਗਾ ਫੀਸ ਦਾ। ਗੌਰਮੈਂਟ ਕਾਲਜ ਦੀ ਗੱਲ ਕਰਾਂ ਤਾਂ ਗੌਰਮੈਂਟ 'ਚ ਫੀਸ ਹੀ $15,000 ਤੋਂ ਡਾਲਰ ਤੋਂ ਪਲੱਸ ਟੂ ਤੋਂ ਬਾਅਦ ਦੀ ਜਿਹੜੀ ਸਟਾਰਟ ਹੁੰਦੀ ਹੈ, ਔਰ ਮਾਸਟਰਸ ਦੀ 22-23,000 CAD ਜਿਹੜੀ ਸਟਾਰਟ ਹੁੰਦੀ ਹੈ। ਔਰ ਪ੍ਰਾਈਵੇਟ ਕਾਲਜ ਦੀ ਗੱਲ ਕਰਾਂ ਤਾਂ ਪ੍ਰਾਈਵੇਟ ਕਾਲਜ ਤਾਂ ਕੁਛ ਐਸੇ ਨੇ ਜਿਹੜੇ ਇੱਕ ਇੱਕ ਕਮਰਿਆਂ 'ਚ ਹੀ ਖਤਮ ਹੋ ਜਾਂਦੇ ਨੇ ਉੱਥੇ, ਔਰ ਉਹਨਾਂ ਦੀ ਫੀਸ $6,000-$7,000 ਪਰ ਈਅਰ ਹੁੰਦੀ ਹੈਗੀ ਹੈ। ਸੋ ਇਹ ਕਾਲਜ ਦਾ ਡਿਫਰੈਂਸ ਹੈਗਾ ਹੈ, ਤਾਂ ਮੈਂ ਬੱਚਿਆਂ ਨੂੰ ਇਹੀ ਕਹੂੰਗਾ ਪ੍ਰਾਈਵੇਟ ਨੂੰ ਬਿਲਕੁਲ ਵੀ ਨਾ ਚੁਣਿਓ, ਉਹ ਆਉਣ ਵਾਲਾ ਤੁਹਾਡਾ ਭਵਿੱਖ ਇੱਥੇ ਠੀਕ ਨਹੀਂ ਹੈਗਾ। ਕਿਉਂਕਿ ਪਿੱਛੇ ਜੇ ਨਿਊਜ਼ ਵੀ ਆਈ ਸੀ ਕਿ ਆਲਮੋਸਟ 750 ਸਟੂਡੈਂਟਸ ਜਿਹੜੇ ਨੇ ਉਹ ਡਿਪੋਰਟ ਕੈਨੇਡਾ ਨੇ ਕਰਨੇ ਸੀ, ਕਿਉਂਕਿ ਉਹਨਾਂ ਦੇ ਉਹਨਾਂ ਨੇ ਜਿੱਥੇ ਐਡਮਿਸ਼ਨ ਲਈ ਹੋਈ ਸੀ ਜਾਂ ਕਿਸੇ ਕੰਸਲਟੈਂਸੀ ਨੇ ਜਾਂ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਦੇ ਨਾਲ ਫਰੋਡ ਕੀਤਾ ਔਰ ਉੱਥੇ ਉਹ ਕਾਲਜਿਸ ਹੈ ਹੀ ਨਹੀਂ ਸੀਗੇ। ਬਿਲਕੁਲ, ਦੇਖੋ ਉਹ ਇੱਕ ਕਾਲਜ ਹੈਗਾ ਸੀਗਾ, ਇਹ ਨਹੀਂ ਆਪਾਂ ਕਹਿ ਸਕਦੇ ਕਿ ਕਾਲਜ ਨਹੀਂ ਹੈਗਾ ਸੀ, ਬਟ ਉਹ ਇੱਕ ਰੂਮ ਦੇ ਵਿੱਚ, ਜਿੱਦਾਂ ਮੈਂ ਕਿਹਾ ਕਿ ਇੱਕ ਰੂਮ ਦੇ ਵਿੱਚ ਹੀ ਖਤਮ ਹੋ ਜਾਂਦਾ ਕਾਲਜ ਜੀ। ਸੋ ਇਹ ਐਮਬੈਸੀ ਵੱਲੋਂ ਇੱਕ ਕੋਟਾ ਦਿੱਤਾ ਜਾਂਦਾ ਹੈ ਕਿ ਤੁਸੀਂ ਇੰਨੇ ਸਟੂਡੈਂਟਸ ਬੁਲਾ ਸਕਦੇ ਹੋ। ਮੰਨ ਲਓ ਗਵਰਨਮੈਂਟ ਕਾਲਜ, ਮੈਂ ਇੱਕ ਐਗਜ਼ਾਮਪਲ ਦਿੰਦਾ, ਗਵਰਨਮੈਂਟ ਕਾਲਜ ਕੈਨੇਡਾ ਦਾ ਗਵਰਨਮੈਂਟ ਕਾਲਜ ਆ ਜਾਂ ਆਸਟ੍ਰੇਲੀਆ ਦਾ ਗਵਰਨਮੈਂਟ ਕਾਲਜ ਆ, ਉਹਨਾਂ ਨੇ ਇੱਕ ਕਾਲਜਿਸ ਨੂੰ ਕੋਟਾ ਦਿੱਤਾ ਹੈ ਕਿ ਤੁਸੀਂ ਇੰਟਰਨੈਸ਼ਨਲ ਇੱਕ ਪਰਟੀਕੁਲਰ ਪੁਆਇੰਟਸ ਦਿੱਤੇ ਗਏ, ਨੰਬਰਸ ਦਿੱਤੇ ਨੇ ਕਿ ਤੁਸੀਂ ਇੰਨੇ ਸਟੂਡੈਂਟਸ ਬੁਲਾ ਸਕਦੇ ਹੋ, ਔਰ ਗਵਰਨਮੈਂਟ ਕਾਲਜ ਹਮੇਸ਼ਾ ਉਸ ਤੋਂ 10% ਘੱਟ ਹੀ ਬੁਲਾਉਂਦਾ ਹੈਗਾ। ਐਂਡ ਪ੍ਰਾਈਵੇਟ ਕਾਲਜ ਅਗਰ ਇੱਕ ਰੇਸ਼ੋ ਦੇਖਦਾ, 100 ਕਾਲਜ ਦੀ ਉਹਨਾਂ ਨੂੰ ਰੇਸ਼ੋ ਦਿੱਤੀ ਗਈ ਹੈ, ਤਾਂ 1,000 ਉਹਦੀ ਐਡਮਿਸ਼ਨਸ ਹੁੰਦੀਆਂ ਨੇ। ਸੋ ਇਹ ਰਿਊਮਰ ਬਹੁਤ ਜ਼ਿਆਦਾ ਹੈਗਾ, ਔਰ ਇਹ ਸਾਡੇ ਏਜੰਟਸ ਵੱਲੋਂ ਦਿੱਤਾ ਗਿਆ ਹੈ, ਕੋਈ ਕੰਸਲਟੈਂਟ ਜਿਹੜਾ ਲੋਇਰ ਹੈਗਾ ਉਹ ਇੱਦਾਂ ਦੀ ਕਦੀ ਵੀ ਕਲਾਇੰਟਸ ਨਾਲ ਚੀਟ ਨਹੀਂ ਕਰਦਾ ਹੈਗਾ। ਸੋ ਇੱਕ ਪ੍ਰਾਈਵੇਟ ਏਜੰਟਸ ਹੈ ਜਿਨ੍ਹਾਂ ਨੂੰ ਆਪ ਨੂੰ ਨੌਲੇਜ ਥੋੜ੍ਹੀ ਜਿਹੀ ਘੱਟ ਹੈਗੀ ਹੈ, ਉਹ ਇਹੀ ਚੀਜ਼ ਵੱਲ ਜ਼ਿਆਦਾ ਧਿਆਨ ਦਿੰਦੇ। ਸੋ ਸਰ, ਜਿਹੜੇ ਸਟੂਡੈਂਟਸ ਜਿਹੜੇ ਨੇ ਉਹ ਸਟੱਡੀ ਵੀਜ਼ਾ 'ਤੇ ਜਾਂਦੇ ਨੇ, ਉਹਨਾਂ ਦੇ ਲਈ ਵਰਕਿੰਗ ਆਵਰਸ ਜਿਹੜੇ ਨੇ ਕਿੰਨੇ ਹੁੰਦੇ ਨੇ, ਮਤਲਬ ਲੀਗਲੀ ਉਹ ਕਿੰਨੇ ਘੰਟੇ ਕੰਮ ਕਰ ਸਕਦੇ ਆ? ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਸਭ ਤੋਂ ਪਹਿਲੇ ਜਾ ਕੇ ਉੱਥੇ ਸਿਨ ਨੰਬਰ ਅਪਲਾਈ ਕਰਨਾ ਪੈਂਦਾ, ਜਿਹੜੇ ਪਬਲਿਕ ਕਾਲਜ ਦੇ ਵਿੱਚ ਜਾਂਦੇ ਨੇ। ਮੈਂ ਦੱਸਣਾ ਚਾਹੁੰਦਾ ਕਿ ਪ੍ਰਾਈਵੇਟ ਕਾਲਜਿਸ ਵਾਲਿਆਂ ਨੂੰ ਸਿਨ ਨੰਬਰ ਨਹੀਂ ਮਿਲਦਾ, ਨਾ ਹੀ ਉਹਨਾਂ ਨੂੰ ਵਰਕ ਪਰਮਿਟ ਅਪਰੂਵ ਹੁੰਦਾ ਆ ਉੱਥੇ। ਸੋ ਸਿਨ ਨੰਬਰ ਮਿਲਦਾ ਗਵਰਨਮੈਂਟ ਕਾਲਜਿਸ, ਪਬਲਿਕ ਕਾਲਜਿਸ ਵਾਲਿਆਂ ਨੂੰ ਜਾਂ ਪਬਲਿਕ ਯੂਨੀਵਰਸਿਟੀਜ਼ ਵਾਲਿਆਂ ਨੂੰ, ਦੈਨ ਉਹਨਾਂ ਨੂੰ 20 hours ਪਰ ਵੀਕ ਜਿਹੜਾ 4 hours ਪਰ ਡੇ ਜਿਹੜਾ ਉਹਨਾਂ ਨੂੰ ਕੰਮ ਮਿਲਦਾ ਹੈਗਾ ਉੱਥੇ। ਠੀਕ ਹੈ, ਅਤੇ ਇਹ ਵੀ ਸੁਣਨ ਵਿੱਚ ਆਉਂਦਾ ਕਿ ਕੁਝ ਬੱਚੇ ਜਿਹੜੇ ਨੇ ਉਹ ਮਤਲਬ ਕੈਸ਼ 'ਤੇ ਕੰਮ ਕਰਦੇ ਨੇ, ਔਰ ਇਹਦਾ ਇਹ ਮਤਲਬ ਹੁੰਦਾ ਕਿ ਤੁਸੀਂ ਜ਼ਿਆਦਾ ਘੰਟੇ ਕੰਮ ਕਰ ਸਕਦੇ ਆ ਫਿਰ ਤੁਹਾਨੂੰ ਕੈਸ਼ 'ਤੇ ਦਿੰਦੇ ਜਾਂ ਅਦਰਵਾਈਜ਼ ਕੋਈ ਹੋਰ ਰੀਜ਼ਨ ਹੁੰਦਾ? ਦੇਖੋ ਬੱਚਿਆਂ ਦਾ ਉੱਥੇ ਇੱਕ ਮੋਟਿਵ ਬਣਿਆ ਹੋਇਆ ਕਿ ਆਪਾਂ ਆਪਣੀ ਫੀਸ ਕੱਟ ਲਈਏ, ਹੈ ਨਾ। ਚਲੋ ਪੇਰੈਂਟਸ ਪੂਰੀ ਸਪੋਰਟ ਕਰਦੇ ਨੇ ਇੱਥੋਂ, ਸਭ ਕੈਨੇਡਾ ਗੌਰਮੈਂਟ ਜਾਂ ਆਸਟ੍ਰੇਲੀਆ ਗੌਰਮੈਂਟ ਜਾਂ UK ਗੌਰਮੈਂਟ, ਇੱਕ ਕੈਨੇਡਾ ਆਪਣਾ GIC ਅਕਾਊਂਟ ਓਪਨ ਕਰਵਾਉਂਦੀ ਹੈਗੀ ਹੈ ਪਹਿਲੇ। ਸੋ ਉਹ GIC ਓਪਨ ਉਹ ਇਸੇ ਕਰਕੇ ਹੁੰਦਾ ਕਿ ਬੱਚਿਆਂ ਦੀ ਸੇਵਿੰਗ ਹੋਵੇ ਔਰ ਬੱਚਿਆਂ ਨੂੰ ਕੱਲ੍ਹ ਨੂੰ ਕੋਈ ਵੀ ਦਿੱਕਤ ਨਾ ਆਵੇ
ਮਨੀ ਵੱਲੋਂ ਜਾਂ ਬੱਚਾ ਜੀ ਕੋਈ ਖਰਾਬ ਨਾ ਹੋਵੇ ਕਿ ਉਹਨੂੰ ਘਰ ਦਾ ਰਹਿਣਾ ਨਹੀਂ ਮਿਲਿਆ ਜਾਂ GAC ਇਸੇ ਕਰਕੇ ਦਿੱਤੀ ਗਈ ਹੈ। ਠੀਕ ਹੈ ਸਰ। ਔਰ ਡਬਲ GAC ਵੀ ਜਿਹੜੀ ਹੁਣ ਹੋਈ ਹੈਗੀ ਹੈ, ਪਹਿਲੇ 10,200 ਸੀ, ਹੁਣ 20,20,635 ਹੈਗੀ ਹੈ। ਸੋ ਇਸੇ ਕਰਕੇ ਦਿੱਤੀ ਗਈ ਹੈ ਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਜੀ। ਸੋ ਇਸ ਕਰਕੇ ਜਿਹੜੀ ਡਬਲ GAC ਵੀ ਉਹਨਾਂ ਨੇ ਕਰ ਦਿੱਤੀ ਗਈ ਹੈਗੀ ਹੈ। ਠੀਕ ਹੈ। ਔਰ ਮੇਰਾ ਅਗਲਾ ਸਵਾਲ ਇਹ ਵੀ ਹੈ ਕਿ ਜਿੱਦਾਂ ਸਪਾਊਸ ਜਿਹੜਾ ਹੈ ਉਹ ਮਤਲਬ ਕਹਿ ਲਓ ਕਿ ਚਲੇ ਗਏ ਨਾ, ਠੀਕ ਹੈ, ਇੱਕ ਬੰਦਾ ਪੜ੍ਹ ਰਿਹਾ ਹੈ, ਦੂਸਰਾ ਜੋਬ ਕਰ ਰਿਹਾ, ਅਤੇ ਦੂਸਰੇ ਸ਼ਖਸ ਨੇ ਜਿਹਨੇ ਜੋਬ ਕਰਨੀ ਹੈ ਉਹਨੂੰ ਉੱਥੇ ਕੀ ਰਿਕੁਆਇਰਮੈਂਟਸ ਚਾਹੀਦੀਆਂ ਨੇ ਔਰ ਕਿਸ ਤਰ੍ਹਾਂ ਜੋਬ ਦੇ ਲਈ ਅਪਲਾਈ ਕਰ ਸਕਦਾ? ਜੀ ਉੱਥੇ ਦੇਖੋ ਜਿਹੜਾ ਜਿਹਦਾ ਸਪਾਊਸ ਜਾ ਰਿਹਾ ਹੈ, ਜਿਹਦੇ ਆਲਰੇਡੀ ਉਹ ਸਟੂਡੈਂਟ, ਉਹਦੀ ਵਾਈਫ ਜਾਂ ਉਹਦਾ ਹਸਬੈਂਡ ਉੱਥੇ ਸਟੂਡੈਂਟ ਹੈਗਾ ਆ, ਉਹਨੂੰ ਪਹਿਲੇ ਤਾਂ ਇੱਥੋਂ ਹੀ ਓਪਨ ਵਰਕ ਪਰਮਿਟ ਅਸੀਂ ਲਗਾ ਕੇ ਦਿੰਦੇ ਹਾਂ, ਅੰਬੈਸੀ ਦਿੰਦੀ ਹੈਗੀ ਹੈ, ਔਰ ਓਪਨ ਵਰਕ ਪਰਮਿਟ 'ਚ ਉਹ ਫੁੱਲ ਆਵਰਸ ਵਰਕ ਕਰ ਸਕਦਾ ਹੈਗਾ ਆ, ਔਰ ਉਹਦੀ ਜੋ ਵੀ ਉਹਦੀ ਸਟੱਡੀ ਹੈ, ਜੋ ਵੀ ਉਹਦੀ ਸਟਰੀਮ ਹੈ, ਅਗਰ ਉਹ ਲੇਬਰ ਡਿਪਾਰਟਮੈਂਟ 'ਚ ਜਾਂਦਾ ਹੈ ਤਾਂ ਉਹ ਲੇਬਰ ਵਰਕ ਕਰ ਸਕਦਾ ਹੈ, ਅਗਰ ਉਹ ਐਜੂਕੇਟਿਡ ਅਕਾਊਂਟੈਂਸੀ ਕੀਤੀ ਹੋਈ ਹੈ ਜਾਂ ਮੈਡੀਕਲ ਸਟਰੀਮ ਦੇ ਵਿੱਚ ਹੈਗਾ ਜਾਂ ਇੰਜੀਨੀਅਰਿੰਗ ਦੀ, ਉਹਦੇ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਉਹਨੂੰ ਉੱਥੇ ਵਰਕ ਮਿਲ ਜਾਂਦਾ ਹੈਗਾ। ਠੀਕ ਹੈ। ਅਤੇ ਜੋਬ ਆਪ ਹੀ ਲੱਭਣੀ ਪੈਂਦੀ ਹੈ ਜਾਂ ਉਹਦੇ ਵਿੱਚ ਵੀ ਉਹਦੀ ਕੋਈ ਹੈਲਪ ਹੁੰਦੀ ਹੈ? ਨਹੀਂ ਜੀ, ਜੋਬ ਉਹਨਾਂ ਨੂੰ ਆਪ ਹੀ ਉੱਥੇ ਸਰਚ ਕਰਨੀ ਪੈਂਦੀ ਹੈ। ਇਹ ਵੀ ਹੈ ਕਿ ਪਿੱਛੇ ਜੇ ਕਾਫੀ ਰੂਮਰਸ ਆਈਆਂ ਸੀਗੀਆਂ ਕਿ ਕੈਨੇਡਾ ਨੇ ਵੀਜ਼ਾਸ ਬੰਦ ਕਰ ਦਿੱਤੇ ਨੇ, ਰਿਐਲਿਟੀ ਹੈ ਕਿ ਸਿਰਫ ਅਫਵਾਹਾਂ ਹੀ ਉੱਡ ਰਹੀਆਂ ਨੇ ਕਿਉਂਕਿ ਕਹਿ ਰਹੇ ਨੇ ਕਿ ਉੱਥੇ ਬਹੁਤ ਜ਼ਿਆਦਾ ਰਸ਼ ਹੋ ਗਿਆ, ਪੰਜਾਬੀ ਬਹੁਤ ਜ਼ਿਆਦਾ ਚਲੇ ਗਏ ਆ ਅਤੇ ਉਹਨਾਂ ਨੇ ਹੁਣ ਵੀਜ਼ੇ ਜਿਹੜੇ ਉਹ ਬੰਦ ਕਰ ਦਿੱਤੇ ਆ? ਨਹੀਂ, ਇੱਦਾਂ ਦਾ ਕੁਛ ਨਹੀਂ ਹੈਗਾ, ਤੁਸੀਂ ਯੈਸ ਇਮੀਗ੍ਰੇਸ਼ਨ ਦਾ ਪੇਜ ਦੇਖ ਸਕਦੇ ਹੋ, ਐਵਰੀ ਵੀਕ 20+ ਵੀਜ਼ਾ, ਚਾਹੇ ਉਹ ਟੂਰਿਸਟ ਵੀਜ਼ਾ ਆ, ਚਾਹੇ ਉਹ ਸਪਾਊਸ ਓਪਨ ਵਰਕ ਪਰਮਿਟ ਆ, ਚਾਹੇ ਉਹ ਸਟੂਡੈਂਟ ਵੀਜ਼ਾ ਆ, ਆ ਰਹੇ ਹੈਗੇ ਆ। ਸੋ ਉਹ ਦੇਖੋ ਉਹਦੇ 'ਚ ਇੱਕ ਮੋਟਿਵ ਆ, ਅਗਰ ਜਿਹੜਾ ਰਿਊਮਰ ਫੈਲਿਆ ਸੀਗਾ, ਔਰ ਬਿਲਕੁਲ ਸਹੀ ਫੈਲਿਆ ਸੀਗਾ ਰਿਊਮਰ, ਆਪਾਂ ਵੀ ਕਾਫੀ ਉਹਦੀ ਫੇਸਿੰਗ ਕੀਤੀ ਹੈਗੀ ਹੈ। ਸੋ ਉਹਦੇ 'ਚ ਦੇਖੋ ਇਹੀ ਇਹ ਰਿਊਮਰ ਫੈਲਿਆ ਕਿ ਜਿਹੜਾ ਪ੍ਰਾਈਵੇਟ ਕਾਲਜਸ ਨੇ ਉੱਥੇ ਬਹੁਤ ਜ਼ਿਆਦਾ ਕਰਾਊਡ ਕਰ ਦਿੱਤਾ ਹੈਗਾ, ਸੋ ਪ੍ਰਾਈਵੇਟ ਕਾਲਜਿਸ ਨੂੰ ਵਰਕਿੰਗ ਨਹੀਂ ਮਿਲਦੀ, ਠੀਕ ਹੈ, ਜਿਸ ਕਰਕੇ ਜ਼ਿਆਦਾ ਰਿਊਮਰ ਫੈਲਿਆ ਕਿ ਕੈਨੇਡਾ ਜਿਹੜੇ ਜਿਹੜੇ UK ਬੇਸ ਕੰਮ ਕਰਦੇ ਨੇ ਜਾਂ ਜਿਹੜੇ ਆਸਟ੍ਰੇਲੀਆ ਬੇਸ ਕੰਮ ਕਰਦੇ ਨੇ ਉਹ ਰਿਊਮਰ ਫੈਲਾਉਂਦੇ ਨੇ ਜੀ, ਕਸਟਮਰ ਜਿਹੜਾ ਉਹ ਕੈਨੇਡਾ ਇੱਕ ਨੂੰ ਆਕਰਸ਼ਿਤ ਕਰਦੇ ਨੇ ਆਪਣੇ ਵੱਲ ਕਿ ਕੈਨੇਡਾ ਵੀਜ਼ਾ, ਮਤਲਬ ਮਾਰਕੀਟ ਵਿੱਚ ਵੀ ਕੰਪੀਟੀਸ਼ਨ ਚੱਲਦਾ ਹੈ ਕਿ ਕਿਹੜੀ ਕੰਟਰੀ ਵਾਲੇ ਜਿਹੜੇ ਵੀਜ਼ਾ ਦੇ ਕੰਮ ਕਰ ਰਹੇ ਨੇ। ਬਿਲਕੁਲ, ਥੋੜਾ ਕੈਪ ਰੇਸ਼ੋ ਕੈਨੇਡਾ ਨੇ ਲਗਾਇਆ ਹੈਗਾ ਆ ਕਿ ਕੁਝ ਪਰਸੈਂਟੇਜ ਉਹਨਾਂ ਨੇ ਘਟਾਈ ਹੈਗੀ ਆ, ਔਰ ਬਿਲਕੁਲ ਆਪਾਂ ਉਹਨੂੰ ਮੰਨਦੇ ਹੈਗੇ ਆ ਕਿ ਉਹ ਬਿਲਕੁਲ ਸਹੀ ਕੀਤਾ ਆ, ਕਿਉਂਕਿ ਇੱਕ ਕੰਟਰੀ ਦੇ ਵਿੱਚ ਅਗਰ ਉੱਥੇ ਇਲੀਗਲ ਬੱਚਾ ਜਾ ਰਿਹਾ ਆ, ਇਲੀਗਲ ਇਨ ਦਾ ਸੈਂਸ ਕਿ ਤੁਸੀਂ ਉਹਨੂੰ ਬਿਲਕੁਲ ਗਾਈਡ ਕਰਕੇ ਨਹੀਂ ਭੇਜ ਰਹੇ ਹੋ, ਸਿਰਫ ਉਹਨੂੰ ਤੁਸੀਂ ਉੱਥੇ ਪ੍ਰਾਈਵੇਟ ਕਾਲਜ 'ਚ ਭੇਜ ਰਹੇ ਹੋ, ਉੱਥੇ ਜਾ ਕੇ ਉਹਦੀ ਸਟੱਡੀ ਨਹੀਂ ਹੋ ਰਹੀ, ਅਤੇ ਉਹ ਬੱਚਾ ਕੰਮ ਨਹੀਂ ਕਰ ਪਾਏਗਾ, ਔਰ ਨੈਚੁਰਲ ਹੈ ਬੱਚਾ ਫਿਰ ਉੱਥੇ ਗਲਤ ਕੰਮ ਵਾਸਤੇ ਹੀ ਪੈਸਾ ਕਮਾਏਗਾ, ਗਲਤ ਕੰਮ ਕਰੇਗਾ ਔਰ ਪੈਸਾ ਕਮਾਏਗਾ, ਜਿੱਥੇ ਪੇਰੈਂਟਸ ਵੀ ਪਰੇਸ਼ਾਨ ਹੋਣਗੇ ਔਰ ਕੈਨੇਡਾ ਗੌਰਮੈਂਟ ਦੀ ਵੀ ਜਿਹੜੀ ਇਨਸਲਟ ਹੁੰਦੀ ਹੈਗੀ ਇਹਦੇ 'ਚ। ਸੋ ਦੈਟਸ ਵਾਈ ਉਹਨਾਂ ਨੇ ਹੁਣ ਪੂਰਾ ਰੂਲਸ ਐਂਡ ਰੈਗੂਲੇਸ਼ਨਸ ਨਾਲ ਬੱਚਿਆਂ ਨੂੰ ਬੁਲਾਉਣਾ ਸ਼ੁਰੂ ਕੀਤਾ ਹੈਗਾ, ਜਿਹਦੀ ਫਾਈਲ ਅੱਜ ਵੀ ਅੱਛੀ ਹੈ, 60% ਅਬਵ ਹੈ, ਆਈਲਸ ਅੱਛਾ ਆ, ਵਰਕ ਐਕਸਪੀਰੀਅੰਸ ਹੈਗਾ ਆ, ਅਗਰ ਕੋਈ PR ਹੈ, ਮਾਸਟਰਸ ਹੈ, ਉਹ ਅੱਛਾ 5-6 ਈਅਰਸ ਦਾ ਐਕਸਪੀਰੀਅੰਸ ਹੈਗਾ ਆ, ਆਈਲਸ ਤੋਂ ਅੱਛੇ ਬੈਂਡ ਲੈਂਦਾ ਹੈ, ਉਹ ਅੱਜ ਵੀ ਜਾ ਰਿਹਾ ਕੈਨੇਡਾ, ਉਹਨੂੰ ਅੱਜ ਵੀ ਆਉਣ ਦਾ ਮੌਕਾ ਦੇ ਰਹੀ ਹੈਗੀ ਹੈ। ਠੀਕ ਹੈ। ਔਰ ਇੱਕ ਇਹ ਵੀ ਬੜੀ ਗੱਲ ਹੁੰਦੀ ਹੈ ਕਿ ਤੁਹਾਡੇ ਆਈਲਸ ਦੇ ਵਿੱਚ ਬੈਂਡ ਦੀ ਗਰੰਟੀ ਅਸੀਂ ਲੈਂਦੇ ਹਾਂ, ਠੀਕ ਹੈ, ਮਤਲਬ ਇੱਦਾਂ ਵੀ ਹੁੰਦਾ ਹੈ ਕਿ ਚਲੋ ਨਹੀਂ ਆਉਂਦਾ ਕੁਛ, ਠੀਕ ਆ, ਕੋਈ ਗੱਲ ਨਹੀਂ, ਬੈਂਡ 'ਤੇ ਆ ਹੀ ਜਾਣੇ ਨੇ? ਨਹੀਂ ਜੀ, ਇੱਦਾਂ ਦਾ ਕੁਛ ਨਹੀਂ ਹੈਗਾ, ਦੇਖੋ ਇੱਦਾਂ ਅਗਰ ਇੱਦਾਂ ਹੋਣ ਲੱਗ ਗਿਆ ਤਾਂ ਵੱਡੇ ਵੱਡੇ ਅਫਸਰ ਵੀ ਜਿਹੜੇ ਹੈਗੇ ਨੇ ਉਹ ਵੀ ਇਸ ਪਿੱਛੇ ਦੌੜ ਜਾਣਗੇ। ਦੇਖੋ ਜਿਹੜਾ ਇੱਕ ਕੁਆਲੀਫਿਕੇਸ਼ਨ ਆ ਉਹ ਤਾਂ ਬੱਚੇ ਨੂੰ ਕਰਨੀ ਹੀ ਪੈਣੀ ਹੈਗੀ ਹੈ, ਅਗਰ ਉਹ ਕੋਈ ਗਲਤ ਕੰਮ ਕਰਦਾ ਹੈ ਤਾਂ ਡੈਫੀਨੇਟਲੀ, ਤੁਸੀਂ ਸ਼ਾਇਦ ਸੁਣਿਆ ਵੀ ਹੋਏਗਾ ਲਾਸਟ ਈਅਰ 'ਚ ਵੀ ਅੰਬੈਸੀ ਦੇ ਵਿੱਚ ਕਾਫੀ ਇੱਦਾਂ ਦੇ ਕੇਸਿਸ ਫੜੇ ਗਏ ਸੀਗੇ। ਸੋ ਇਹੀ ਰਿਕਮੈਂਡ ਕਰਦਾ ਕਿ ਇੱਦਾਂ ਦੇ ਕੇਸਿਸ ਵੱਲ ਨਾ ਜਾਓ। ਸੋ ਔਰ ਮੈਂ ਕਦੀ ਨਹੀਂ ਸੁਣਿਆ ਹੈਗਾ ਕਿ ਇਹ ਗਲਤ ਫੇਕਿੰਗ ਹੁੰਦੇ ਜਾਂ ਆਈਲਸ ਗਲਤ ਹੋ ਗਈ, ਬੱਚਾ ਹਮੇਸ਼ਾ ਆਪਣੀ ਸਟੱਡੀ ਦੇ ਨਾਲ ਹੀ ਕਰਕੇ ਜਾਂਦਾ ਹੈਗਾ,
ਔਰ ਜਿਹੜੀ ਅੱਛੀਆਂ ਕੰਪਨੀਜ਼ ਨੇ IDP ਪਹਿਲੇ ਬ੍ਰਿਟਿਸ਼ ਕੌਂਸਲ ਸੀ, ਹੁਣ ਉਹਨਾਂ ਨੇ ਵੀ IDP ਨੂੰ IDP ਨੇ ਟੇਕ ਓਵਰ ਕਰ ਲਿਆ ਹੈਗਾ। ਸੋ IDP ਇੱਕ ਬਹੁਤ ਅੱਛੀ ਰੈਪੂਟੇਟਿਡ ਕੰਪਨੀ ਹੈਗੀ ਹੈ ਔਰ ਉਹ ਇੱਦਾਂ ਦੇ ਫੇਕ ਕੰਸਰਨ ਦੇ ਵਿੱਚ ਕਦੇ ਵੀ ਅੱਗੇ ਨਹੀਂ ਹੁੰਦੀ। ਓਕੇ, ਔਰ ਇੱਕ ਵਾਰੀ ਤਾਂ ਆਇਲਸ ਕਰਕੇ ਆਪਾਂ ਸਟੱਡੀ ਵੀਜ਼ੇ 'ਤੇ ਚਲੇ ਗਏ, ਉਸ ਤੋਂ ਬਾਅਦ ਜਦੋਂ PR ਦੇ ਲਈ ਅਪਲਾਈ ਕਰਨਾ ਆ ਤਾਂ ਫਿਰ ਵੀ ਆਇਲਸ ਜਿਹੜੀ ਉਹ ਦੁਬਾਰਾ ਕਰਨੀ ਪੈਂਦੀ ਹੈ? ਬਿਲਕੁਲ, ਜਦੋਂ ਆਪਾਂ ਸਟੱਡੀ ਲਈ ਜਾਂਦੇ ਹੈਗੇ ਹਾਂ ਉਦੋਂ ਅਕੈਡਮਿਕ ਸਟੱਡੀ ਆਇਲਸ ਕਰਨੀ ਪੈਂਦੀ ਹੈਗੀ ਆ, ਔਰ ਜਦੋਂ ਆਪਾਂ PR ਵਰਕ, ਫਿਰ ਉਸ ਤੋਂ ਬਾਅਦ PGWP ਵਰਕ ਪਰਮਿਟ ਮਿਲਦਾ ਆ, ਐਂਡ ਉਸ ਤੋਂ ਬਾਅਦ PR ਦੇ ਪੁਆਇੰਟਸ ਬਣਦੇ ਨੇ, ਉਹ PR ਪੁਆਇੰਟਸ ਦੇ ਲਈ ਸਾਨੂੰ ਜਨਰਲ ਦੇ ਵਿੱਚ ਆਇਲਸ ਕਰਨੀ ਪੈਂਦੀ ਹੈ। ਓਕੇ, ਅਤੇ ਸਟੂਡੈਂਟ ਵੀਜ਼ੇ ਤੋਂ ਬਾਅਦ ਪਹਿਲਾਂ ਵਰਕ ਪਰਮਿਟ ਲੈਣਾ ਪੈਂਦਾ, ਉਸ ਤੋਂ ਬਾਅਦ PR ਅਪਲਾਈ ਹੁੰਦੀ ਹੈ, ਅਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਇਸ ਪ੍ਰੋਸੈਸ ਦੇ ਵਿੱਚ? ਟੋਟਲ 5 ਈਅਰਸ ਦਾ ਗੈਪ ਹੁੰਦਾ ਹੈ ਅਗਰ ਬੱਚਾ ਡਿਪਲੋਮੇ 'ਤੇ ਜਾ ਰਿਹਾ ਹੈਗਾ, ਤਾਂ ਅਗਰ ਬੱਚਾ ਡਿਪਲੋਮੇ 'ਤੇ ਜਾ ਰਿਹਾ 2 ਈਅਰਸ ਦਾ ਡਿਪਲੋਮਾ ਲੈਂਦਾ ਹੈ ਬੱਚਾ, ਉਸ ਤੋਂ ਬਾਅਦ 3 ਈਅਰਸ ਦਾ ਵਰਕ ਪਰਮਿਟ ਮਿਲਦਾ ਉਹਨੂੰ ਕੈਨੇਡਾ ਦੇ ਵਿੱਚ, ਐਂਡ ਦੈਨ ਉਸ ਤੋਂ ਬਾਅਦ ਉਹਨੂੰ 5 ਈਅਰ ਉਸ ਤੋਂ ਬਾਅਦ ਉਹ PR ਅਪਲਾਈ ਕਰ ਸਕਦਾ ਹੈ। ਠੀਕ ਹੈ, ਅਤੇ ਜੇ ਗ੍ਰੈਜੂਏਸ਼ਨ ਦੇ ਲਈ ਜਾ ਰਹੇ ਨੇ ਜਾਂ ਮਾਸਟਰਸ ਦੇ ਲਈ ਜਾ ਰਹੇ ਨੇ ਤਾਂ ਉਦੋਂ ਫਿਰ ਟਾਈਮ ਜਿਹੜੀ ਟੈਨਿਊਰ ਹੈ ਉਹ ਘੱਟ ਜਾਂਦੀ ਹੈ ਜਾਂ ਵੱਧ ਜਾਂਦੀ ਹੈ? ਘੱਟ ਜਾਂਦੀ ਹੈਗੀ ਆ ਫਿਰ, ਜਿਵੇਂ ਗ੍ਰੈਜੂਏਸ਼ਨ ਹੈ ਉਹਨੇ ਪੁਆਇੰਟਸ ਉਹਦੇ ਪਲੱਸ ਹੋ ਜਾਂਦੇ ਨੇ, ਫਿਰ ਉਸ ਤੋਂ ਬਾਅਦ ਉਹ ਮਾਸਟਰਸ 'ਚ ਜਾਂਦਾ ਜਾਂ ਮਾਸਟਰਸ ਵਾਲਾ ਅੱਗੋਂ ਡਿਪਲੋਮਾ ਐਡਵਾਂਸ ਡਿਪਲੋਮਾ ਲਈ ਜਾਂਦਾ ਹੈਗਾ, ਫਿਰ ਉਹਦਾ ਐਕਚੁਅਲੀ ਐਕਸਪੀਰੀਅੰਸ ਇੱਥੇ ਵੀ ਹੁੰਦਾ ਆ, ਇੰਡੀਆ ਦੇ ਵਿੱਚ ਵੀ ਹੁੰਦਾ ਆ, ਜਾਂ ਕੋਈ ਹੋਰ ਕੰਟਰੀ ਤੋਂ ਜਾ ਰਿਹਾ ਹੈਗਾ ਉਹ 'ਚ ਵੀ ਐਕਸਪੀਰੀਅੰਸ ਹੁੰਦਾ, ਤੋ ਐਕਸਪੀਰੀਅੰਸ ਸਟੱਡੀ ਸਾਰਾ ਕੈਲਕੂਲੇਟ ਕਰਕੇ ਪੁਆਇੰਟਸ ਬਣਦੇ ਹੈਗੇ ਨੇ। ਸੋ ਅਗਰ ਉਹਦੇ ਪੁਆਇੰਟਸ ਐਲੀਜੀਬਲ ਹੁੰਦੇ ਆ ਦੈਨ ਉਹ PR ਅਪਲਾਈ ਕਰ ਸਕਦੇ। ਠੀਕ ਹੈ, ਔਰ ਇੱਕ ਵੈਸ ਵੀ ਹੁੰਦੀ ਆ, ਉਹ ਸ਼ਾਇਦ PR ਦੇ ਲਈ ਕੀਤੀ ਜਾਂਦੀ ਹੈ ਜੇ ਕਿਸੇ ਨੇ PR ਅਪਲਾਈ ਕਰਨੀ ਹੋਵੇ, ਤੇ ਉਹਦਾ ਕੀ ਸਿਸਟਮ ਹੁੰਦਾ ਹੈ? ਬਿਲਕੁਲ, ਵੈਸ ਕੰਪਨੀ ਹੈਗੀ ਹੈ ਵਰਲਡ ਐਜੂਕੇਸ਼ਨ ਸਰਵਿਸ, ਔਰ ਜਿਹੜੀ ਤੁਸੀਂ ਸਟੱਡੀ ਕੀਤੀ ਹੁੰਦੀ ਹੈ ਇੱਕ ਟ੍ਰਾਂਸਕ੍ਰਿਪਟ ਸਰਟੀਫਾਈਡ ਹੁੰਦੇ ਨੇ ਕਿ ਦੇਖੋ ਇੱਕ ਉੱਥੇ ਦੋ ਚੀਜ਼ਾਂ ਨੇ, ਇੱਕ ਤਾਂ ਉਹਦੇ ਵਿੱਚ ਇਕੁਅਲੈਂਸੀ ਚੈੱਕ ਹੁੰਦੀ ਹੈ ਜਿਹੜੀ ਅਮੈਰੀਕਾ ਗੌਰਮੈਂਟ ਹੈ ਜਾਂ ਜਿਹੜੀ ਕੈਨੇਡੀਅਨ ਸਟੱਡੀ ਐਜੂਕੇਸ਼ਨ ਡਿਪਾਰਟਮੈਂਟ ਹੈ ਜਾਂ ਆਸਟ੍ਰੇਲੀਅਨ ਡਿਪਾਰਟਮੈਂਟ ਹੈ, ਇਹ ਦੋ ਚੀਜ਼ਾਂ, ਇੱਕ ਵੈਸ ਹੈ ਇੱਕ ICAS ਹੈ। ਓਕੇ, ਸੋ ਆਪਾਂ ਕੁਛ ਵੀ ਕਰਵਾ ਸਕਦੇ ਹਾਂ, ਵੈਸ ਵੀ ਕਰਵਾ ਸਕਦੇ ਹੋ, ICAS ਵੀ ਕਰਵਾ ਸਕਦੇ ਹੋ। ਸੋ ਉਹਦੇ ਵਿੱਚ ਕੀ ਇੱਕ ਉਹਦੀਆਂ ਟ੍ਰਾਂਸਕ੍ਰਿਪਟਸ ਜੈਨੂਅਨ ਸ਼ੋ ਹੁੰਦੀਆਂ ਨੇ ਕਿ ਬਾਕੀ ਬੱਚੇ ਦੀ ਜਿਹੜੀ ਡਿਗਰੀ ਕੀਤੀ ਹੈ ਜਾਂ ਜਿਹੜੀ ਸਟੱਡੀ ਕੀਤੀ ਉਹ ਜੈਨੂਅਨ ਹੈ ਔਰ ਓਰਿਜਨੈਲਿਟੀ ਹੈ। ਔਰ ਇੱਕ ਜਿਹੜੀ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ ਇਹ ਸਰਟੀਫਾਈਡ ਕਰਦੀ ਹੈਗੀ ਹੈ ਕਿ ਜਿਹੜੀ ਇਕੁਅਲੈਂਸੀ ਉਹ ਸਾਡੀ ਕੰਟਰੀ ਦੇ ਹਿਸਾਬ ਨਾਲ ਇਹਨੇ ਜੋ ਸਟੱਡੀ ਕੀਤੀ ਹੈ ਇੰਡੀਆ ਦੇ ਵਿੱਚ ਉਹ ਕੀ ਇਕੁਅਲੈਂਸੀ ਕੀ ਹੈ ਉਹਦੀ। ਸਰ ਆਪਾਂ ਸਟੱਡੀ ਵੀਜ਼ੇ ਦੇ ਉੱਪਰ ਤੇ ਗੱਲ ਕਰ ਲਈ ਹੈ ਨਾ, ਟੂਰਿਸਟ ਵੀਜ਼ਾ ਦੇ ਬਾਰੇ ਜ਼ਰੂਰ ਦੱਸੋ, ਕਿਉਂਕਿ ਟੂਰਿਸਟ ਵੀਜ਼ਾ ਦੇ ਲਈ ਵੀ ਜੇ ਤੁਸੀਂ ਅਪਲਾਈ ਕਰਨਾ ਹੋਵੇ ਤਾਂ ਏਜੰਟਸ ਬਹੁਤ ਪੈਸੇ ਮੰਗ ਰਹੇ ਨੇ, 8-8, 9-9 ਲੱਖ ਰੁਪਈਆ ਜਿਹੜਾ ਉਹ ਮੰਗ ਰਹੇ ਨੇ, ਕਿ ਐਕਚੁਅਲ ਕੋਸਟ ਇੰਨੀ ਹੁੰਦੀ ਹੈ ਜਾਂ ਇਸ ਤੋਂ ਵੱਧ ਹੁੰਦੀ ਹੈ ਜਾਂ ਘੱਟ ਹੁੰਦੀ ਹੈ? ਨਹੀਂ, ਦੇਖੋ ਟੂਰਿਸਟ ਵੀਜ਼ਾ ਹੁੰਦਾ ਹੈ ਘੁੰਮਣ ਵਾਸਤੇ, ਠੀਕ ਹੈ, ਔਰ ਇੱਕ ਟੂਰਿਸਟ ਵੀਜ਼ਾ ਐਂਡ ਵਿਜ਼ਟਰ ਵੀਜ਼ਾ, ਉੱਦਾਂ ਵੈਸੇ ਦੋਨਾਂ ਨੂੰ ਇੱਕੋ ਜਿਹਾ ਕਿਹਾ ਜਾਂਦਾ ਹੈ, ਪਰ ਟੂਰਿਸਟ ਵੀਜ਼ਾ ਜਿਹੜਾ ਹੁੰਦਾ ਹੈ ਉਹ ਘੁੰਮਣ ਵਾਸਤੇ ਹੁੰਦਾ ਹੈ ਕਿ ਆਪਾਂ ਕਿਤੇ ਘੁੰਮਣ ਜਾ ਰਹੇ ਹਾਂ, ਲਾਈਕ ਦੁਬਈ, ਸਿੰਗਾਪੁਰ, ਕੈਨੇਡਾ, ਅਮੈਰੀਕਾ, ਐਨੀ ਅਦਰ ਕੰਟਰੀ। ਐਂਡ ਵਿਜ਼ਟਰ ਵੀਜ਼ਾ ਹੁੰਦਾ ਜਦੋਂ ਤੁਹਾਨੂੰ ਕੋਈ ਸਪੋਂਸਰ ਕਰਦਾ ਹੈਗਾ, ਤੁਹਾਡਾ ਕੋਈ ਉੱਥੇ ਫੈਮਿਲੀ ਪਰਸਨ ਵਿਜ਼ਿਟ ਕਿਸੇ ਦੀ ਫੈਮਿਲੀ, ਆਪਣੇ ਬ੍ਰਦਰ ਕੋਲ ਜਾਣਾ, ਪੇਰੈਂਟਸ ਕੋਲ ਜਾਣਾ, ਜਾਂ ਪੇਰੈਂਟਸ ਨੇ ਬੱਚਿਆਂ ਕੋਲ ਜਾਣਾ ਹੈ, ਸੋ ਉਹਨੂੰ ਆਪਾਂ ਵਿਜ਼ਟਰ ਵੀਜ਼ਾ ਕਿਹਾ ਜਾਂਦਾ ਹੈ। ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਦੌਰ ਚੱਲ ਰਿਹਾ ਹੈਗਾ ਆ, ਔਰ ਕਾਫੀ ਡਿਮਾਂਡਸ ਨਾਲ ਪੈਸੇ ਲਿੱਤੇ ਜਾਂਦੇ ਨੇ। ਐਕਚੁਅਲ ਉਹਦੀ ਕੋਸਟ ਜਿਹੜੀ, ਅਗਰ ਮੈਂ ਤੁਹਾਨੂੰ ਦੱਸਾਂਗਾ ਤਾਂ ਸਾਰੀ ਪਬਲਿਕ ਸ਼ਾਇਦ ਥੋੜ੍ਹੀ ਜਿਹੀ ਹੋ ਜਾਏਗੀ, ਐਕਚੁਅਲ ਜਿਹੜੀ ਉਹਦੀ ਕੋਸਟ ਵਿਦ ਸਾਡੀ ਕੰਸਲਟੈਂਟ ਫੀਸ ਦੇ ਨਾਲ ਐਕਚੁਅਲ ਜਿਹੜੀ ਪਰ ਪਰਸਨ ਦੀ ਕੋਸਟ ਆਉਂਦੀ ਹੈਗੀ ਹੈ 45-50,000 ਓਨਲੀ ਆਉਂਦੀ ਹੈਗੀ ਹੈ। ਓਕੇ, ਸਾਰੀ ਡਾਕੂਮੈਂਟੇਸ਼ਨਸ ਪਾ ਕੇ ਕਰਕੇ, ਡਾਕੂਮੈਂਟੇਸ਼ਨਸ ਤਾਂ ਦੇਖੋ ਜੋ ਵੀ ਜੈਨੂਅਨ ਡਾਕੂਮੈਂਟੇਸ਼ਨਸ ਕਲਾਇੰਟਸ ਦੀ ਹੋਏਗੀ, ਜੋ ਐਜੂਕੇਟਿਡ ਹੋਏਗਾ ਐਂਡ ਉਸ ਤੋਂ ਬਾਅਦ ਉਹਦੀ ਵਰਕਿੰਗ ਕੀ ਹੈ, ਬਿਜ਼ਨਸ ਕਰ ਰਿਹਾ, ਉਹਦੀਆਂ ਰਿਟਰਨਸ, ਸਾਰਾ ਉਹਦਾ ਜੋ ਵੀ ਚੈੱਕਲਿਸਟ ਸਾਡੀ ਹੁੰਦੀ ਹੈ ਉਹਦੇ ਨਾਲ ਕਲਾਇੰਟਸ ਵੱਲੋਂ ਪ੍ਰੋਵਾਈਡ ਕਰਾਈ ਜਾਂਦੀ ਹੈਗੀ ਹੈ, ਐਂਡ ਉਹਦੇ 'ਚ ਪਾ ਕੇ। ਠੀਕ ਆ, ਮਤਲਬ ਕਿੱਥੇ 50,000 ਅਤੇ ਕਿੱਥੇ 8 ਲੱਖ? ਬਿਲਕੁਲ ਜੀ, ਬਿਲਕੁਲ, ਦੇਖੋ ਇਹ ਪੇਰੈਂਟਸ ਨੂੰ ਖੁਦ ਆਪ ਖਰਚ ਰਹੇ ਨੇ ਆਪ ਜਾਣ ਵਾਸਤੇ,
ਸੋ ਮੈਂ ਉਹਨਾਂ ਨੂੰ ਅਲਰਟ ਕਰਨਾ ਚਾਹੁੰਦਾ ਹਾਂ, ਅਗਰ ਤੁਸੀਂ ਇਹ ਚੀਜ਼ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਤਾਂ ਯੈਸ ਇਮੀਗ੍ਰੇਸ਼ਨ ਇੱਕ ਵਾਰੀ ਜ਼ਰੂਰ ਕੰਸਲਟ ਕਰੋ ਡੈਫੀਨੇਟਲੀ, ਔਰ ਅੱਛੇ ਕੰਸਲਟੈਂਟ ਨਾਲ ਜ਼ਰੂਰ ਟਰਾਈ ਕਰੋ, ਇਹ ਮਾਰਕੀਟ ਦਾ ਜਿਹੜਾ ਦੌਰ ਹੈ ਉਹ 'ਚੋਂ ਥੋੜ੍ਹਾ ਜਿਹਾ ਬਚ ਕੇ ਰਹੋ। ਠੀਕ ਹੈ, ਮਤਲਬ ਉਹੀ ਗੱਲ ਆ ਜਾਂਦੀ ਕਿ ਜਿੱਥੇ ਚੰਗੇ ਲੋਕ ਨੇ ਉੱਥੇ ਮਾੜੇ ਵੀ ਬੈਠੇ ਨੇ, ਜੋ ਲੋਕ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣ ਲਈ ਜਾਂ ਕਹਿ ਲਓ ਕਿ ਤੁਹਾਡਾ ਫਾਇਦਾ ਕਰਦੇ ਨੇ, ਉੱਥੇ ਕੁਝ ਲੋਕ ਆਪਣਾ ਫਾਇਦਾ ਕਰਨ ਦੇ ਲਈ ਵੀ ਬੈਠੇ ਹੋਏ ਨੇ, ਜਿਹੜੇ ਲੋੜ ਤੋਂ ਵੱਧ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਫਾਇਦਾ ਕਰ ਰਹੇ ਨੇ। ਬਿਲਕੁਲ, ਦੇਖੋ ਉਹਦੇ 'ਚ ਆਪਾਂ ਉਹਨਾਂ ਦੀ ਗਲਤੀ ਨਹੀਂ ਕਵਾਂਗੇ, ਏਜੰਟਸ ਦੀ ਗਲਤੀ ਨਹੀਂ ਕਵਾਂਗੇ। ਦੇਖੋ ਹਰ ਕੋਈ ਆਪਣਾ ਘਰ ਚਲਾਉਣ ਵਾਸਤੇ, ਹਰ ਕੋਈ ਆਪਣਾ ਬਿਜ਼ਨਸ ਕਰ ਰਿਹਾ। ਮੈਂ ਕਲਾਇੰਟਸ ਨੂੰ ਜਾਂ ਪੇਰੈਂਟਸ ਨੂੰ ਜਾਂ ਜਿਹੜੇ ਵੀ ਐਪਲੀਕੈਂਟਸ ਨੇ ਜਿਹੜੇ ਅਪਲਾਈ ਕਰਨਾ ਚਾਹੁੰਦੇ, ਉਹਨਾਂ ਨੂੰ ਅਲਰਟ ਹੋਣਾ ਚਾਹੀਦਾ ਇਸ ਦੇ ਵਿੱਚ ਕਿ ਮਾਰਕੀਟ ਦਾ, ਦੇਖੋ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਹੈਗਾ, ਸਾਨੂੰ ਵੈਬ ਦੇ ਉੱਤੇ ਸਭ ਕੁਝ ਮਿਲ ਜਾਂਦਾ, ਸਭ ਨੌਲੇਜ ਮਿਲ ਜਾਂਦੀ ਹੈਗੀ ਹੈ ਕਿ ਕਿੰਨੀ ਫੀਸ ਹੈ, ਕੀ ਹੈਗਾ। ਸਾਡੇ ਕੋਲ ਜਦੋਂ ਕੋਈ ਬੱਚਾ ਆਉਂਦਾ ਨਾ, ਪੂਰੀ ਕੋਈ ਸਟੂਡੈਂਟ ਆਇਆ, ਸਪਾਊਸ ਵੀਜ਼ਾ ਆਇਆ ਜਾਂ ਕੋਈ PR ਵਾਸਤੇ ਆ ਰਿਹਾ ਹੈਗਾ, ਅਤੇ ਉਹ ਪੂਰੀ ਨੌਲੇਜ ਲੈ ਕੇ ਆਉਂਦਾ, ਉਹ ਸਾਡੇ ਨਾਲ ਪੂਰੇ ਕੁਐਸਚਨਸ ਕਰਦਾ, ਕਿਉਂਕਿ ਮੈਂ ਖੁਦ ਮਿਲਦਾ, ਮੈਂ ਜਦੋਂ ਵੀ ਕਿਸੇ ਕਲਾਇੰਟਸ ਨੂੰ ਮਿਲਣਾ ਹੈ ਤਾਂ ਮੈਂ ਖੁਦ ਹੀ ਮਿਲਣਾ ਹੈ। ਮੇਰਾ ਸਟਾਫ ਹੈਗਾ ਆ, ਬਟ ਸਟਾਫ ਨੂੰ ਆਪਾਂ ਜਸਟ ਫੋਰ ਸ਼ੋਰਟ ਟਾਈਮ ਵਾਸਤੇ ਐਂਟਰੀ ਕਰਾਉਂਦਾ, ਇੰਟਰਵਿਊ ਲੈਂਦਾ ਹੈ। ਠੀਕ ਹੈ, ਮਤਲਬ ਇੱਕ ਤੁਹਾਡੀ ਡਾਇਰੈਕਟ ਇੰਟਰੈਕਸ਼ਨ ਹੁੰਦੀ ਹੈ। ਮੇਰੀ ਇੰਟਰੈਕਸ਼ਨ ਕਾਉਂਸਲਿੰਗ ਮੈਂ ਹੀ ਕਰਦਾ, ਕਲਾਇੰਟਸ ਨਾਲ ਕਾਉਂਸਲਿੰਗ ਮੈਂ ਹੀ ਕਰਦਾ, ਗੁੱਡ ਡੀਲਸ ਸਾਰੀ ਮੇਰੇ ਥਰੂ ਹੁੰਦੀ ਹੈ। ਔਰ ਕੈਨੇਡਾ ਦੇ ਵਿੱਚ ਮੇਰੇ ਭਈਆ ਵੱਡੇ ਬ੍ਰਦਰ ਜਿਹੜੇ ਰਾਜ ਨਾਰੰਗ ਨੇ, CICC ਲਾਇਰਸ ਐਂਡ ਔਥ ਕਮਿਸ਼ਨਰ, ਮਤਲਬ ਟ੍ਰਾਂਸਪੇਰੈਂਸੀ ਪੂਰੀ ਰੱਖੀ ਹੋਈ ਹੈ। ਬਿਲਕੁਲ ਟ੍ਰਾਂਸਪੇਰੈਂਸੀ ਰੱਖੀ ਹੋਈ ਹੈ, ਬਾਏ ਅਪੁਆਇੰਟਮੈਂਟ ਬੇਸਿਸ 'ਤੇ ਅਸੀਂ ਮਿਲਦੇ ਹੈਗੇ ਹਾਂ ਜੀ। ਕੋਈ ਉਹ ਨਹੀਂ ਹੈਗਾ ਕਿ ਮਾਰਕੀਟ 'ਚ ਰਸ਼ ਪਾ ਦਿਓ, ਫੇਕ ਅਫਵਾਹਾਂ ਦੇ ਕੇ ਆਫਿਸ ਦੇ ਵਿੱਚ ਰਸ਼ ਪਾ ਦਿਓ ਜਾਓ, ਸਾਡਾ ਉਹ ਦੌਰ ਨਹੀਂ ਹੈਗਾ, ਉਹ ਚੀਜ਼ ਆਪਾਂ ਨਹੀਂ, ਨਾ ਹੀ ਆਪਾਂ ਉਹਦੇ ਆਪਾਂ ਕਦੀ ਉਹਦੇ ਬਾਰੇ ਸੋਚਿਆ ਹੈਗਾ ਜੀ। ਸੋ ਮੈਂ ਇਹੀ ਕਹੂੰਗਾ ਕਿ ਜਿਨ੍ਹਾਂ ਨੇ ਵੀ ਜਾਣਾ ਹੈਗਾ ਆ, ਉਹ ਪੂਰਾ ਮਾਰਕੀਟ ਨੂੰ ਪੂਰਾ ਆਪਣਾ ਸੋਸ਼ਲ ਮੀਡੀਆ ਵਾਚ ਕਰਕੇ, ਆਪਣਾ ਗੂਗਲ ਦੇ ਉੱਤੇ ਪੂਰਾ ਵਾਚ ਕਰੋ ਉਹਨੂੰ, ਉਹਦੀ ਕੀ ਕੋਸਟਿੰਗ ਹੈਗੀ ਆ। ਠੀਕ ਹੈ, ਕੰਸਲਟੈਂਸੀ ਫੀਸ ਤਾਂ ਹਰ ਕੋਈ ਲੈਂਦਾ, ਹਰ ਕਿਸੇ ਦਾ ਹੱਕ ਹੈਗਾ ਆ, ਔਰ ਗੌਰਮੈਂਟ ਵੀ ਕਹਿੰਦੀ ਹੈ ਜੋ ਜੈਨੂਅਨ ਕੰਸਲਟੈਂਸੀ ਫੀਸ ਆ ਉਹ ਤੁਸੀਂ ਲਵੋ। ਠੀਕ, ਬਟ ਜਿਹੜੀ ਨਜਾਇਜ਼ ਹੈਗੀ ਹੈਗੀ ਆ, ਉਹਦੇ ਤਾਂ ਅਸੀਂ ਆਪ ਉਹਦੇ 'ਤੇ ਖਿਲਾਫ ਹੈਗੇ। ਅਤੇ ਆਡੀਅੰਸ ਨੂੰ ਤੁਸੀਂ ਕੀ ਦੱਸਣਾ ਚਾਹੋਗੇ ਕਿ ਜਿਹੜੇ ਫੇਕ ਏਜੰਟਸ ਨੇ ਜਾਂ ਫੇਕ ਇਮੀਗ੍ਰੇਸ਼ਨ ਕੰਸਲਟੈਂਟਸ ਨੇ, ਉਹਨਾਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕੇ? ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦਾ, ਇੱਕ ਬੈਸਟ ਪੇਰੈਂਟਸ ਨੂੰ ਖਾਸ ਕਰਕੇ ਇਹ ਰਿਕੁਐਸਟ ਕਰਦਾ ਹੈਗਾ ਕਿ ਇੱਕ ਬੈਸਟ ਕੰਸਲਟੈਂਟ ਚੁਣੋ, ਜਿਹੜਾ ਜਿਹਨੂੰ ਆਪ ਨੂੰ ਪੂਰੀ ਨੌਲੇਜ ਹੋਵੇ, ਜਿਹੜਾ ਤੁਹਾਨੂੰ ਪੂਰਾ ਤੁਹਾਡੇ ਕੁਐਸਚਨਸ ਦਾ ਜਵਾਬ ਦੇ ਸਕੇ, ਔਰ ਟਰਾਈ ਕਰੋ ਕਿ ਓਨਰ ਹੀ ਤੁਹਾਨੂੰ ਮਿਲੇ। ਸਟਾਫ ਅੱਜ ਕੱਲ੍ਹ ਬਹੁਤ ਜ਼ਿਆਦਾ ਹੈ ਕਿ ਸਟਾਫ ਨੂੰ ਤੁਸੀਂ ਪੇਮੈਂਟਸ ਦੇ ਜਾਂਦੇ ਹੋ, ਸਟਾਫ ਨੂੰ ਤੁਸੀਂ ਕੰਸਲਟ ਕਰਕੇ ਚਲ ਜਾਂਦੇ ਹੋ, ਬਟ ਟਰਾਈ ਕਰੋ ਕਿ ਓਨਰ ਦੇ ਨਾਲ ਹੀ ਕੰਸਲਟ ਕੀਤਾ ਜਾਵੇ, ਔਰ ਤੁਸੀਂ ਉਹਦਾ ਪੂਰਾ ਕੁਐਸਚਨ ਕਰੋ, ਜੋ ਜੋ ਤੁਹਾਡੇ ਮਨ 'ਚ ਕੁਐਸਚਨ ਹੈਗੇ ਨੇ ਉਹ ਕੁਐਸਚਨ ਕਰੋ ਕਿ ਉਹ ਤੁਹਾਡੇ ਕੁਐਸਚਨਾਂ ਦਾ ਸਹੀ ਜਵਾਬ ਦੇ ਪਾਉਂਦਾ ਆ। ਅਗਰ ਉਹ ਸਹੀ ਜਵਾਬ ਦੇ ਪਾਉਂਦਾ ਆ, ਦੈਨ ਆਪਣਾ ਵਰਕ ਆਪਣਾ ਸਟਾਰਟ, ਉਹਦੇ ਨਾਲ ਪ੍ਰੋਸੈਸ ਸਟਾਰਟ ਕਰੋ। ਔਰ ਮੈਂ ਇਹ ਕਹੂੰਗਾ ਕਿ ਇਹ ਜ਼ਰੂਰ ਦੇਖ ਲੈਣਾ ਕਿ ਉਹ ਮਾਨਿਅਤਾ ਪ੍ਰਾਪਤ ਹੈਗੀ ਹੈ, ਜਿਹੜੀ ਵੀ ਕੰਟਰੀ ਨੂੰ ਤੁਸੀਂ ਡੀਲ ਕਰ ਰਹੇ ਹੋ ਉਹ ਗੌਰਮੈਂਟ ਵੱਲੋਂ ਮਾਨਿਅਤਾ ਪ੍ਰਾਪਤ ਉਹਦੀ ਹੈਗੀ ਹੈ ਕਿ ਨਹੀਂ ਹੈਗੀ। ਔਰ ਖਾਸ ਕਰਕੇ ਇਹੀ ਕਹਿਣਾ ਕਿ ਤੁਸੀਂ ਮਾਨਿਅਤਾ ਪ੍ਰਾਪਤ ਵਾਲੇ ਜਿਹੜੇ ਸਾਡੇ ਕੰਸਲਟੈਂਟਸ ਨੇ, ਉਹਨਾਂ ਦੇ ਕੋਲ ਹੀ ਜਾਓ ਅਤੇ ਆਪਣਾ ਇਮੀਗ੍ਰੇਸ਼ਨ ਦਾ ਪ੍ਰੋਸੈਸ ਜਿਹੜਾ ਸਟਾਰਟ ਕਰੋ। ਥੈਂਕ ਯੂ ਸੋ ਮਚ ਸਰ, ਤੁਹਾਡਾ ਸਾਡੇ ਪੋਡਕਾਸਟ ਦੇ ਵਿੱਚ ਆਉਣ ਦੇ ਲਈ, ਆਪਣਾ ਟਾਈਮ ਕੱਢਣ ਦੇ ਲਈ, ਔਰ ਇੰਨੀ ਵੈਲਿਊਏਬਲ ਇਨਫੋਰਮੇਸ਼ਨ ਜਿਹੜੀ ਉਹ ਸਾਡੀ ਆਡੀਅੰਸ ਨੂੰ ਦੇਣ ਦੇ ਲਈ। ਔਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਡਾਊਟਸ ਜਿਹੜੇ ਨੇ ਉਹ ਕਲੀਅਰ ਹੋ ਗਏ ਹੋਣਗੇ, ਔਰ ਸਾਡੀ ਆਡੀਅੰਸ ਜਿਹੜੀ ਉਹ ਫੇਕ ਏਜੰਟਸ ਤੋਂ ਹੁਣ ਜ਼ਰੂਰ ਬਚੇਗੀ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਕੀਮਤੀ ਸਮਾਂ ਵੀ ਸਾਨੂੰ ਦਿੱਤਾ, ਔਰ ਅੱਜ ਬਹੁਤ ਅੱਛਾ ਲੱਗਾ ਤੁਹਾਡੇ ਨਾਲ। ਥੈਂਕ ਯੂ ਸਰ, ਥੈਂਕ ਯੂ ਸੋ ਮਚ, ਥੈਂਕ ਯੂ।